ਇਹ ਕਹਾਣੀ ਸ਼ੁਰੂ ਹੁੰਦੀ ਆ ਪਿੰਡ ਅਸਲੀ ਨਾਂ ਤਾਂ ਹੁਣ ਸ਼ਾਇਦ ਹੀ ਕਿਸੇ ਦੀ ਯਾਦ ਹੋਵੇ ਪਰ ਇੱਕ ਪਰਿਵਾਰ ਵੱਲੋਂ ਪੀੜ੍ਹੀ ਦਰ ਪੀੜ੍ਹੀ ਕੀਤੀ ਜਾਂਦੀ ਕਤਲੋ ਗਾਰਦ ਕਾਰਨ ਇਸ ਪਿੰਡ ਦਾ ਨਾਂ ਹੁਣ ਕਤਲਗੜ੍ਹ ਪੈ ਚੁੱਕਿਆ ਹੈ ਅਤੇ ਉਸ ਪਰਿਵਾਰ ਦੀ ਮੌਜੂਦਾ ਪੀੜ੍ਹੀ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਕਾਰਨ ਬਣੇ ਹਾਲਾਤਾਂ ਬਾਰੇ ਆ ਇਹ ਕਹਾਣੀ ਚਲੋ ਇਸ ਪਰਿਵਾਰ ਨਾਲ ਤੁਹਾਡੀ ਥੋੜ੍ਹੀ ਜਾਣ ਪਛਾਣ ਕਰਵਾ ਦਈਏ ਪਰਿਵਾਰ ਦਾ ਛੋਟਾ ਅਤੇ ਲਾਡਲਾ ਮੱਘਰ ਸਿੰਘ ਸਵੇਰੇ ਉੱਠ ਜਿਵੇਂ ਅਮਲੀ ਨੂੰ ਨਸ਼ੇ ਦੀ ਤੋੜ ਲੱਗਦੀ ਆ ਇਸ ਨੂੰ ਆਪਣੀ ਹਵਸ ਮਿਟਾਉਣ ਦੀ ਫਿਰ ਕੌਣ ਕਦੋਂ ਅਤੇ ਕਿੱਥੇ ਦੀ ਪਰਵਾਹ ਕਰੇ ਬਿਨਾਂ ਇਹ ਉਸ ਦਿਨ ਦੀ ਭੁੱਖ ਮਿਟਾ ਅਗਲੇ ਦਿਨ ਦਾ ਇੰਤਜ਼ਾਰ ਕਰਦਾ ਇਹ ਆ ਅਛਰਾ ਬਾਜ ਵਰਗੀ ਅੱਖ ਕੌਣ ਕਿੱਥੇ ਕੀ ਕਰ ਰਿਹਾ ਸਭ ਪਤਾ ਰੱਖਦਾ ਅਤੇ ਆਪਣੇ ਖਿਲਾਫ ਹੋਣ ਵਾਲੀ ਕਿਸੇ ਵੀ ਕਾਰਵਾਈ ਦਾ ਅੰਤ ਆਪਣੇ ਜਾਲਮਾਣਾ ਤਰੀਕੇ ਨਾਲ ਪਹਿਲਾਂ ਹੀ ਕਰ ਦਿੰਦਾ ਤੀਸਰਾ ਭਰਾ ਬੱਗਾ ਖਾਣ ਪੀਣ ਦਾ ਸ਼ੌਕੀਨ ਦਿਮਾਗ ਤੋਂ ਕਦੇ ਹੀ ਕੰਮ ਲੈਂਦਾ ਪਰਿਵਾਰ ਦੀ ਸੁਰੱਖਿਆ ਕੰਧ ਮੰਨ ਲਵੋ ਹਾਥੀ ਜਿੰਨਾ ਜ਼ੋਰ ਅਤੇ ਜਾਲਮਪਣਾ ਉਹ ਤਾਂ ਖੂਨ ਵਿੱਚ ਹੈ ਹੀ ਅਗਲਾ ਹੈ ਜੱਗਾ ਜਿੰਨਾ ਜ਼ਾਲਮ ਓਨਾ ਹੀ ਸ਼ਾਤਰ ਬੰਦਾ ਮਾਰਨਾ ਜਿਵੇਂ ਕੀੜਾ ਮਾਰਨਾ ਹੋਵੇ ਪਰਿਵਾਰ ਵੱਲੋਂ ਕੀਤਾ ਹੁਕਮ ਪੂਰਾ ਕਰਨ ਵਿੱਚ ਸਭ ਤੋਂ ਅੱਗੇ ਤੇ ਇਹ ਆ ਸਭ ਦਾ ਬਾਪ ਯਾਨੀ ਵੱਡਾ ਭਰਾ ਰੂਪ ਸਿੰਘ ਕਹਿੰਦੇ ਜਿਸ ਦਿਨ ਇਹ ਕੋਈ ਜੁਰਮ ਨਾ ਕਰੇ ਇਸ ਨੂੰ ਨੀਂਦ ਨਹੀਂ ਆਉਂਦੀ ਇਲਾਕੇ ਵਿੱਚ ਖੌਫ ਦਾ ਦੂਜਾ ਨਾਮ ਰੂਪ ਸਿੰਘ ਬਣ ਚੁੱਕਿਆ ਸਰਕਾਰੀ ਦਰਬਾਰੀ ਕੋਈ ਵੀ ਹੁਕਮ ਇਸ ਦੇ ਹੁਕਮ ਤੋਂ ਉੱਪਰ ਨਹੀਂ ਕਾਨੂੰਨ ਇਸਨੇ ਘਰ ਦੇ ਖੁੰਜੇ ਨਾਲ ਬੰਨਿਆ ਹੋਇਆ ਇਲਾਕੇ 'ਚ ਹੋਏ ਕੁੱਲ ਜੁਰਮਾਂ 'ਚੋਂ ਅੱਧੇ ਤੋਂ ਜ਼ਿਆਦਾ ਜੁਰਮ ਸਰਕਾਰੀ ਕਾਗਜ਼ਾਂ 'ਚ ਦਰਜ ਨਹੀਂ ਹੁੰਦੇ ਕਿਉਂਕਿ ਉਹਨਾਂ ਜੁਰਮਾਂ ਨਾਲ ਰੂਪ ਸਿੰਘ ਦਾ ਨਾਮ ਜੁੜਿਆ ਹੁੰਦਾ ਇਹ ਤਾਂ ਹੋ ਗਈ ਇਸ ਪਰਿਵਾਰ ਨਾਲ ਜਾਣ ਪਛਾਣ ਪਰ ਇਹ ਕਹਾਣੀ ਇਸ ਇਕੱਲੇ ਪਰਿਵਾਰ ਦੀ ਨਹੀਂ ਹੈ ਇਹ ਕਹਾਣੀ ਇੱਕ ਅਣਖੀ ਪਰਿਵਾਰ ਦੀ ਵੀ ਹੈ ਜਿਸ ਲਈ ਦੇਸ਼ ਕੌਮ ਅਤੇ ਪਰਿਵਾਰ ਦੀ ਅਣਖ ਤੋਂ ਵੱਧ ਕੁਛ ਵੀ ਨਹੀਂ ਜਾਨ ਵੀ ਨਹੀਂ ਅਤੇ ਜਦੋਂ ਕਿਤੇ ਇਹੋ ਜਿਹੇ ਅਣਖੀ ਬੰਦੇ ਨਾਲ ਜ਼ਾਲਮਾਂ ਦਾ ਵਾਹ ਪੈਂਦਾ ਤਾਂ ਫਿਰ ਇਹੋ ਜਿਹੀਆਂ ਕਹਾਣੀਆਂ ਜਨਮ ਲੈਂਦੀਆਂ ਨੇ ਧੰਨਵਾਦ ਸਤਿ ਸ਼੍ਰੀ ਅਕਾਲ ਚਾਚਾ ਜੀ ਮੱਥਾ ਟੇਕਦਾ ਬਾਪੂ ਧੰਨਵਾਦ ਸਾਰਿਆਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਭਾਈ ਸਰਬਜੀਤ ਸਿੰਘ ਤੂੰ ਜੰਗ ਜਿੱਤ ਕੇ ਸਾਰੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਵੀਰ ਜੀ ਜਦ ਤੱਕ ਪਰਮਾਤਮਾ ਦਾ ਸਾਡੇ ਸਿਰ 'ਤੇ ਹੱਥ ਹੈ ਤੁਹਾਡੇ ਸਾਰਿਆਂ ਦੁਆਵਾਂ ਸਾਡੇ ਨਾਲ ਨੇ ਦੁਸ਼ਮਣ ਦੀ ਕੀ ਮਜਾਲ ਸਿਰ ਚੱਕ ਜੇ ਆ ਵੀ ਫੌਜੀਆ ਸਵਾਗਤ ਹੈ ਤੇਰਾ ਤੇਰੀ ਬਹਾਦਰੀ ਦੇ ਚਰਚੇ ਪੂਰੇ ਇਲਾਕੇ ਸੁਣੇ ਨੇ ਸੋ ਇਲਾਕੇ ਦਾ ਮੋਹਤਵਰ ਹੋਣ ਦੇ ਨਾਤੇ ਮੇਰਾ ਹੀ ਫਰਜ਼ ਬਣਦਾ ਤੈਨੂੰ ਜੀ ਆਇਆਂ ਕਹਾਂ ਰੂਪ ਸਿੰਘ ਬਹਾਦਰ ਬੰਦੇ ਦੀ ਕਦਰ ਕਰਦਾ ਸੋ ਅੱਜ ਤੋਂ ਤੂੰ ਮੇਰਾ ਯਾਰ ਹੋਇਆ ਕਦੇ ਮੈਂ ਤੇਰੇ ਕੰਮ ਆ ਸਕਿਆ ਤਾਂ ਦੱਸੀ ਮੈਨੂੰ ਬੜੀ ਖੁਸ਼ੀ ਹੋਏਗੀ ਆ ਤੈਨੂੰ ਘਰ ਛੱਡ ਦਿਆਂ ਨਹੀਂ ਰੂਪ ਸਿੰਘ ਤਾਇਆ ਜੀ ਨਾਲ ਕੰਮ ਸਮਾਂ ਲੱਗ ਜਾਣਾ ਚੰਗਾ ਫਿਰ ਮਿਲਦਿਆਂ ਕਿਤੇ ਫਿਰ ਕਰਦੇ ਹਾਂ ਤੇਰੀ ਸੇਵਾ
ਸਤਿ ਸ੍ਰੀ ਅਕਾਲ। ਕਿਵੇਂ ਆਉਣਾ ਹੋਇਆ ਰੂਪ ਸਿਆ? ਬਹਿ ਜਾ। ਆਓ ਬੈਠੋ ਬੈਠੋ। ਚਾਣ ਚੱਕ ਕਿਵੇਂ ਆਉਣਾ ਹੋ ਗਿਆ? ਮੈਂ ਅੱਜ ਤੇਰੇ ਤੋਂ ਕੁਛ ਵੱਡੀ ਆਸ ਲੈ ਕੇ ਆਇਆ। ਮੈਨੂੰ ਪਤਾ ਤੂੰ ਮੇਰਾ ਮਾਣ ਨਹੀਂ ਤੋੜੇਗਾ। ਮੈਂ ਸਮਝਿਆ ਨਹੀਂ, ਜੇ ਇੰਨੀ ਜ਼ਰੂਰੀ ਗੱਲ ਸੀ ਮੈਨੂੰ ਹੀ ਬੁਲਾ ਲੈਣਾ ਸੀ। ਉਹ ਨਹੀਂ ਨਹੀਂ ਛੋਟੇ ਵੀਰ, ਜਿਹੜਾ ਕੰਮ ਹੈ ਨਾ ਉੱਥੇ ਤਾਂ ਮੇਰਾ ਆਉਣਾ ਹੀ ਬਣਦਾ। ਇਹੋ ਜਿਹਾ ਕਿਹੜਾ ਕੰਮ ਵੀ ਤੇਰਾ ਆਉਣਾ ਬਣਦਾ? ਉਹ ਮੈਂ ਸੋਚਿਆ ਆਪਣੀ ਯਾਰੀ ਨੂੰ ਰਿਸ਼ਤੇਦਾਰੀ 'ਚ ਬਦਲ ਦਈਏ। ਆਪਣਾ ਛੋਟਾ ਭਰਾ ਮੰਗਰ, ਉਹਦੇ ਵਾਸਤੇ ਗੁੱਡੀ ਦਾ ਹੱਥ ਮੰਗਣਾ ਆ। ਉਂਜ ਤੂੰ ਕੁਝ ਵੀ ਮੰਗਦਾ ਬਾਈ, ਮੈਂ ਬਿਨਾਂ ਸੋਚੇ ਦੇ ਦੇਣਾ ਸੀ। ਇਸ ਲਈ ਥੋੜ੍ਹਾ ਟਾਈਮ ਚਾਹੀਦਾ ਮੈਨੂੰ। ਲੈ ਟਾਈਮ ਦੀ ਕਿਹੜੀ ਗੱਲ ਹੈ, ਪਰ ਯਾਰੀ ਦਾ ਮਾਣ ਰੱਖੀ। ਉਹ ਰੋਟੀ ਖਾ ਕੇ ਜਾਇਓ ਭਾਈ ਮੁੰਡਿਓ, ਰੋਟੀ ਦਾ ਟਾਈਮ ਹੈ। ਕੋਈ ਗੱਲ ਨਹੀਂ ਬਾਪੂ, ਰੋਟੀ ਇੱਧਰ ਵੀ ਤੇਰੀ ਓ ਹੈ। ਕਿਉਂ ਪੁੱਤਰਾ, ਦੇਖ ਲਿਆ ਮਾੜੇ ਬੰਦਿਆਂ ਦੀ ਯਾਰੀ ਦਾ ਨਤੀਜਾ? ਮੈਂ ਕਾਹਨੂੰ ਉਹਨੂੰ ਯਾਰ ਬਣਾਇਆ, ਉਹ ਤਾਂ ਧੱਕੇ ਨਾਲ ਹੀ। ਮੈਨੂੰ ਵੀ ਸਮਝ ਨਹੀਂ ਸੀ ਆਈ ਕਿ ਰੂਪ ਸਿੰਘ ਮੇਰੇ ਨਾਲ ਬਿਨਾਂ ਗੱਲੋਂ ਨਜ਼ਦੀਕੀਆਂ ਕਿਉਂ ਵਧਾਈ ਜਾਂਦਾ। ਵੀਰੇ ਆ ਰੂਪ ਹੋਰੀ ਕੀ ਕਰਨ ਆਏ ਸੀ ਆਪਣੇ ਘਰ? ਇਹਨਾਂ ਦਾ ਤਾਂ ਮੱਥੇ ਲੱਗਣਾ ਹੀ ਬਦਸ਼ਗਨੀ ਆ, ਤੇ ਤੂੰ ਇਹਨਾਂ ਨੂੰ ਘਰੇ ਬੁਲਾ ਲਿਆ। ਉਹ ਕੁਝ ਨਹੀਂ ਕੁੜੀਏ, ਤੂੰ ਅੰਦਰ ਜਾ। ਅੰਦਰ ਜਾ ਕੇ ਕੁਝ ਕੱਪੜੇ ਤੇ ਖਾਣ ਦਾ ਸਮਾਨ ਪੈਕ ਕਰ ਦੇ, ਮੈਂ ਕੱਲ ਕਸ਼ਮੀਰ ਡਿਊਟੀ ਵਾਪਸ ਜਾਣਾ। ਠੀਕ ਆ, ਕਰਦੀ ਆ। ਨਾਲੇ ਮੈਂ ਤੇਰੇ ਲਈ ਪੰਜੀਰੀ ਬਣਾਈ ਸੀ, ਕਿਤੇ ਮੇਰੇ ਵੀਰ ਨੂੰ ਠੰਡ ਹੀ ਨਾ ਲੱਗ ਜੇ ਕਸ਼ਮੀਰ ਦੀ। ਓ ਜਾ ਕੁੜੀਏ, ਤੂੰ ਤੇ ਤੇਰੀ ਭਾਬੀ ਇਹਦੇ ਜਾਣ ਦੀ ਤਿਆਰੀ ਕਰੋ। ਬਾਪੂ ਮੈਨੂੰ ਡਿਊਟੀ ਤੇ ਜਾਣਾ ਪੈਣਾ ਤੇ ਆਪਣੇ ਕੋਲ ਸਮਾਂ ਹੈ ਨਹੀਂ, ਇਹੋ ਜਿਹੇ ਬੰਦੇ ਦਾ ਕੀ ਭਰੋਸਾ ਕਦੋਂ ਕੀ ਕਰਦੇ। ਫਿਰ ਹੁਣ ਵਧੀਆ ਜਿਹਾ ਘਰ ਲੱਭੋ, ਆਪਾਂ ਕੁੜੀ ਦੇ ਹੱਥ ਪੀਲੇ ਕਰੀਏ। ਇਹ ਕੰਮ ਆਪਾਂ ਨੂੰ ਜਲਦੀ ਤੋਂ ਜਲਦੀ ਕਰਨਾ ਪੈਣਾ। ਗੱਲ ਤਾਂ ਤੇਰੀ ਠੀਕ ਹੈ ਸਰਬਜੀਤ ਸਿਆ, ਮੈਂ ਅੱਜ ਤੋਂ ਹੀ ਇਸ ਕੰਮ 'ਤੇ ਲੱਗਦਾ। ਬਾਪੂ ਤੇਰੇ ਘਰ ਖੁਸ਼ੀਆਂ ਮਾਨਣ ਦੇ ਦਿਨ ਅੱਜ ਤੋਂ ਬਾਅਦ ਥੋੜੇ ਰਹਿ ਗਏ ਨੇ ਮੇਰੇ। ਧੀਏ, ਕਿਸ ਪਿਓ ਦਾ ਦਿਲ ਕਰਦਾ ਆਪਦੇ ਜਿਗਰ ਦੇ ਟੋਟੇ ਨੂੰ ਵੱਖ ਕਰਨ ਨੂੰ? ਇਹ ਤਾਂ ਸਮਾਜਿਕ ਰੀਤੀ ਰਿਵਾਜ ਨੇ ਜਿਹੜੇ ਸਾਨੂੰ ਨਿਭਾਉਣੇ ਪੈਂਦੇ ਨੇ। ਬਾਪੂ ਮੈਨੂੰ ਲੱਗਦਾ ਆ ਗੱਲਾਂ ਤੂੰ ਉੱਤੋਂ ਉੱਤੋਂ ਹੀ ਕਹਿਣਾ, ਅਸਲ 'ਚ ਤਾਂ ਤੂੰ ਮੈਥੋਂ ਖਹਿੜਾ ਛੁਡਾਉਣਾ ਚਾਹੁੰਦਾ, ਤਾਂ ਹੀ ਤਾਂ ਇੰਨਾ ਕਾਹਲਾ ਹੋਇਆ ਮੇਰਾ ਵਿਆਹ ਕਰਨ ਨੂੰ। ਧੀਏ, ਇਹ ਤੂੰ ਕੀ ਕਹਿੰਦੀ ਹੈ? ਤੇਰੇ ਸਾਰੇ ਚਾਹ ਤੇ ਅਰਮਾਨ ਪੂਰੇ ਕਰਨ ਵਾਸਤੇ ਮੈਂ ਦਿਲ 'ਚ ਬੜੀਆਂ ਖੁਆਇਸ਼ਾਂ ਪਾਲੀਆਂ ਸਨ, ਪਰ ਉਹ ਤਾਂ ਰੂਪ ਗੰਦਾ ਬੰਦਾ ਆਪਦੇ ਪਰਿਵਾਰ ਦਾ ਗੰਦ ਤੇਰੀ ਝੋਲੀ 'ਚ ਪਾਉਣਾ ਚਾਹੁੰਦਾ ਹੈ। ਉਸ ਸਭ ਕਾਸੇ ਤੋਂ ਬਚਣ ਲਈ ਸਾਨੂੰ ਇਹ ਸਭ ਕੁਛ ਜਲਦੀ ਜਲਦੀ ਕਰਨਾ ਪੈ ਗਿਆ। ਉੱਥੋਂ ਮੈਨੂੰ ਲੱਗਦਾ ਹੈ ਸਾਡਾ ਇਹ ਫੈਸਲਾ ਤੈਨੂੰ ਮਨਜ਼ੂਰ ਹੋਵੇਗਾ। ਨਾ ਨਾ ਬਾਪੂ, ਤੂੰ ਜੋ ਕੀਤਾ ਸੋ ਸਮਝ ਕੇ ਕੀਤਾ ਹੋਣਾ, ਨਾਲੇ ਤੇਰੇ ਤੇ ਵੀਰ ਦਾ ਲਿਆ ਹੋਇਆ ਫੈਸਲਾ ਮੈਨੂੰ ਕਿਵੇਂ ਨਾ ਮਨਜ਼ੂਰ ਹੋ ਸਕਦਾ? ਸੱਚ ਤੂੰ ਮੈਨੂੰ ਇਹ ਦੱਸ, ਵੀਰ ਦਾ ਕੋਈ ਸੁਨੇਹਾ ਆਇਆ ਕਿ ਨਹੀਂ ਆਇਆ? ਉਹ ਆਊਗਾ ਕਿ ਨਹੀਂ ਆਊਗਾ? ਚਿੱਠੀ ਆਈ ਸੀ ਪੁੱਤੋ ਦੀ, ਕਹਿੰਦਾ ਛੁੱਟੀ ਨਹੀਂ ਮਿਲੀ, ਹੁਣ ਤਾਂ ਵਿਆਹ ਨੂੰ ਹੀ ਆਊਗਾ। ਬਾਪੂ ਐਵੇਂ ਥੋੜੀ ਹੁੰਦਾ। ਹੁਣ ਤੈਨੂੰ ਕੀ ਹੋ ਗਿਆ?
बस तेरी मां की याद आ गई सी। जे अज वो जिंदी होंगी तो सारे शगन चाई चाई मनाउंदी। बापू तू भी केड़े वैणा च बह गया, जो लेखां च लिखिया हुंदा ओही हुंदा। तू ये दस तेरी लाडली किवें लग रही है? बाई हरी बुला रहे हैं, बाई रूप हो रही, तेरा मकलावा लैन चलना। आ जा यार। रूप सिंह ये तू की कर रहा है? नाल तो फौजी ने अपना यार कहना ना, वो तो तेनू यारी का ख्याल नहीं आया जो तो वड्डा भरा तेरे घर रिश्ता लेके आया सी। परां मारे कर मेरे नाल, जे मेरे वीर नु पता लग गया तो तेनू धरती च कढ दूंगा। ओ जा तेरा भाव उदो देखांगे तू हुण ता। ओए आ जा ना। रब भी सुता रह गया लगदे थोड़े सी जद खाब मेरे,
रब भी सुता रे क्या लगदे तोड़े सी जद खाब मेरे वीरे तेरी पैन लाडली रही ना सिर दा ताज तेरे राता कालियां कहर कमाया साजिशां दिन कितियां किसनु जाके दर्द सुनावा दिल ते की बीतियां रब्बा किसे दे नाल ना करी रब्बा किसे दे नाल ना करी जो मेरे नाल हो मिले दर्द और रूहानू जिदी मिले दवाना को दर्द और रूहानू जिदी मिले दवाना को दरी माफ बाबला मेरी पेश चली ना कोई माफ बाबला मेरी पेश चली ना कोई पेश चली ना कोई पेश चली ना ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਠੀਕ ਹੈ ਬਾਈ ਜੀ ਬੱਚੇ ਠੀਕ ਨੇ ਤੇਰੇ ਸਾਰੇ ਠੀਕ ਨੇ ਬਾਈ ਜੀ ਹੋਰ ਫਿਰ ਘਰ ਪਰਿਵਾਰ ਠੀਕ ਹੈ ਤੇਰਾ ਕਿਰਪਾ ਤੁਹਾਡੀ ਫਸਲਬਾੜੀ ਵਧੀਆ ਹੋ ਗਈ ਵਧੀਆ ਹੋ ਗਈ ਬਾਈ ਸਭ ਵਧੀਆ ਹੋ ਗਈ ਹਾਂ ਬਾਈ ਪੂਰੇ ਪੰਜਾਬ 'ਚ ਚੜ੍ਹਾਈ ਹੋਈ ਪਈ ਆ ਤੁਹਾਡੇ ਕਰਕੇ ਕਾਹਦੇ ਲਈ ਬਾਈ ਕਤਲਗੜ ਹੋਈ ਪਈ ਆ ਬਾਈ ਰੂਪ ਬਾਈ ਕਰਕੇ ਪੂਰੀ ਚੜ੍ਹਾਈ ਆ ਬਾਈ ਕੋਈ ਗੱਲ ਹੋਰ ਕੀ ਸੇਵਾ ਕਰੀਏ ਤੁਹਾਡੀ ਫਿਰ ਬਸ ਕੁਛ ਨਹੀਂ ਯਾਰ रात यार मेनू सुपना आया सुपने यार चार सांड एक पासे आ एक सांड एक पासे आ यार अजीब जा सीगा कुछ जेड़ा एक सांड सीगा वो चारां चों एक नूं लै गया बहुत दूर थाई धूके लै गया उहनूं धूके लै गया पता नहीं यार उहदा की बणिया ਮਾੜੀਆਂ ਜਮੀਰਾ ਯਾਰ ਮੁਖੀਆਂ ਬੈਲੀ ਯਾਰ ਤੇਰਾ ਗੱਲਾਂ ਕਦੇ ਉੱਚੀਆਂ ਮਾੜੀਆਂ ਜਮੀਰਾ ਯਾਰੋ ਮੁਖੀਆਂ ਬੈਲੀ ਯਾਰ ਤੇਰਾ ਗੱਲਾਂ ਕਦੇ ਉੱਚੀਆਂ ਜਿੱਥੇ ਜਿੱਥੇ ਵੀਰ ਯਾਦ ਨਾਲੀ ਬੋਲਦੀ ਜਿੱਥੇ ਜਿੱਥੇ ਵੀਰ ਯਾਦ ਨਾਲੀ ਬੋਲਦੀ ਦਿਲ ਵਿੱਚ ਰਹਿ ਜਾਂਦੇ ਹੁੰਦੇ ਫੈਸਲੇ Oh.
ਕਿਸੇ ਦੀ ਧੀ ਚੱਕਣ ਜੋਗਾ ਨਹੀਂ ਰਹੇਗਾ। ਉੱਠਦਾ ਕਿਉਂ ਨੀ? रूप आ देख उन्होंने अपना भाई मारा भाई अपना मगर मारता भाई भाई ओ भाई बोल भाई ओए आ भाई देख ओए ओए कितना प्यारा सी अपना भाई ओए ओ मारता साले ने भाई भाई ओ भाई तू चुप क्यों है भाई ओ भाई तू चुप क्यों है बोल भाई बोल उन्होंने भाई मारे उन्होंने भ्रा मारिया भाई भ्रा मारता साडा ओ भ्रा मारता ओए भरा कतल करता एनू मौत मारी है भाई दुश्मन ने एह जी मौत मारी है भाई कि असी असी किसी नू मुंह दिखाउण जोगे नहीं रहे भाई बोलना क्यों नहीं भाई ओ बोल चुप क्यों है भाई ओ भाई चुप क्यों है आ देख भाई ओ आ देख ओए अपना भरा मारता ओ नहीं भाई नहीं भाई ओए अपना भरा मरिया होवे तो सारा दुश्मन दूजा साह ले जाए नहीं हो सकता ओ नहीं ओए मैं मारू भाई ओनू तुसी सारे तमाशा देखो भाई ओनू मैं मारू ओए बड़ा औरा ओ भाई अज इत्थे बैठे रहे हो भाई इत्थे लेके आऊं इत्थे जा छोटिया ऐसी मौत मारू मौत भी कम जावेगी भाई ओ भरा मारता साडा ओए भरा मारता ओए भरा मारता ओए ओए भरा मारता मेरा ओए ओए मेरा भरा मारता ओए Yeah.
सानू तेरे प्यार दी सोहे छोटे तेरे खून का बदला लिया जाऊगा जिवें उन्हें तेनू पजा के मारिया ना असि भी उन्हें उस तरह पजा के मारांगे भाई देखो ये छड़ गया अपन
ਟਿੱਡੀ ਆ ਤੂੰ ਜਾਦੀ ਤੇ ਜੱਫੇ ਗਾਡਰਾਂ ਨਾਲ। ਮੇਰਾ ਰੰਗ ਵੀ ਗੂੜਾ ਤੇ ਮੇਰੇ ਚ ਜ਼ਹਿਰ ਵੀ ਪੂਰਾ। ਬਲਾਲ ਜਦੋਂ ਬੋਲਦਾ ਤਾਂ ਦੂਜੇ ਦੇ ਸਾਹ ਰੋਕ ਕੇ ਤੇ ਹਿੱਕ ਠੋਕ ਕੇ ਬੋਲਦਾ। ਉਹ ਬਿਲਾਲ ਬਾਈ ਨਿਕਲ। ਇਹ ਕੀ ਹੋ ਰਿਹਾ ਕਾਲਜ ਦੇ ਵਿੱਚ? ਲੱਗਦਾ ਹੈ ਬਦਮਾਸ਼ੀ ਬੰਦ ਕਰਾਉਣੀ ਪੈਣੀ ਹੈ ਇਹਨਾਂ ਦੀ। ਤੂੰ ਸਮਝਦਾ ਕੀ ਆਪਦੇ ਆਪ ਨੂੰ? ਤੇਰੇ ਅੱਗੇ 36 ਦੇਖੇ ਦੇਖੇ ਹੋਣਗੇ 36 ਹਲੇ 37 ਨਾਲ ਪਾਲਾ ਨਹੀਂ ਪਿਆ ਤੇਰਾ। ਆ ਤੇਰੀ ਫੁਕਰੀ ਨਾ ਮੇਰੇ ਅੱਗੇ ਨਹੀਂ ਚੱਲਣੀ, ਕਿਸੇ ਹੋਰ ਨੂੰ ਇੰਪ੍ਰੈਸ ਕਰੀ। ਉਹ ਫੁਕਰੀਆਂ ਕਾਹਨੂੰ, ਉਹ ਗੱਲ ਸੁਣ, ਉਹ ਸੁਣਤਾ ਲੈ ਗੱਲ ਸੁਣ। ਕੁੜੀਆਂ ਦੇ ਹੱਥਾਂ 'ਚ ਚੂੜੀਆਂ ਸੋਹਣੀਆਂ ਲੱਗਦੀਆਂ, ਬੰਦੂਕਾਂ ਨਹੀਂ ਤਾਰਾ ਦੇ ਮਗਰ ਲੱਗ ਕੇ ਆਪਣਾ ਨੁਕਸਾਨ ਨਾ ਕਰਾ ਲਈ। ਹਟ ਜਾ ਹੁਣ। ਤੂੰ ਰਹਿਣ ਦੇ, ਉਹ ਗੱਲਾਂ ਨਹੀਂ ਰਹੀਆਂ ਹੁਣ ਕਿ ਕੁੜੀਆਂ ਡਰ ਕੇ ਅੰਦਰ ਭੱਜ ਜਾਣਗੀਆਂ। ਤੁਹਾਡੇ 10 ਦੇ ਬਰਾਬਰ ਨਾ ਮੇਰੀ ਕੱਲੀ ਦੀ ਚੀਖ ਹੋਊਗੀ। ਓਏ ਤੇਰਾ ਇਹ ਵਹਿਮ ਹੈ, ਆ ਵਹਿਮ ਨੂੰ ਨਾ ਖਿਆਲ ਚੋਂ ਕੱਢ ਦੇ, ਨਾਲੇ ਇਹ ਗੱਲਾਂ ਕਹਿਣ ਨੂੰ ਸੋਹਣੀਆਂ ਲੱਗਦੀਆਂ ਨੇ। ਮਰਦ ਹੋ ਕੇ ਨਾ ਮਰਦਗੀ ਵਾਲੀਆਂ ਗੱਲਾਂ ਨਾ ਕਰ। ਜੱਟੀ ਦੇ ਮੂੰਹ ਚੋਂ ਨਿਕਲੇ ਬੋਲ ਤੇ ਬੰਦੂਕ ਚੋਂ ਨਿਕਲੀ ਗੋਲੀ ਕਦੇ ਵਾਪਸ ਨਹੀਂ ਮੁੜਦੇ, ਜਿੱਥੇ ਮਰਜ਼ੀ ਪਰਖ ਲਈ। ਲੈ ਤੈਨੂੰ ਤਾਂ ਹੁਣ ਹੀ ਪਰਖ ਲੈਣਾ। ਉਹ ਯਾਰ ਨਾਲੇ ਉਹਨਾਂ ਦੀ ਲੜਾਈ 'ਚ ਆਪਣੇ ਪਿਆਰ ਨੂੰ ਕਿਉਂ ਸੂਲੀ ਚਾੜਦੀ ਹੈ? ਮਰਦਾਂ ਮਰਦਾਂ ਵਾਲੀ ਗੱਲ ਕਰ। ਮਰਦਾਂ ਵਾਲੀ ਵੀ ਗੱਲ ਕਰਦਾ। ਹੁਣ ਕਿੱਥੇ ਗਈ ਤੇਰੀ ਆਕੜ? ਓਏ ਆਕੜ ਤਾਂ ਤੇਰੇ ਪਿਆਰ ਨੇ ਭੰਨਤੀ। ਤੇਰੇ ਪਿਆਰ ਦਾ ਜਾਦੂ ਹੀ ਇਹੋ ਜਿਹਾ, ਸਾਲਾ ਕਦੇ ਖਤਮ ਹੀ ਨਹੀਂ ਹੋ ਰਿਹਾ। ਮੈਂ ਤੈਨੂੰ ਇੱਕ ਗੱਲ ਕਵਾਂ, ਮੈਂ ਤੈਨੂੰ ਬਹੁਤ ਪਿਆਰ ਕਰਦਾ ਯਾਰ, ਸੱਚੀ। ਕਿੰਨਾ ਕੁ? ਇੰਨਾ ਜ਼ਿਆਦਾ ਨਾ, ਨਾ ਤਾਂ ਮੈਂ ਤੋਲ ਸਕਦਾ ਅਤੇ ਨਾ ਹੀ ਮੈਂ ਗਿਣ ਸਕਦਾ। ਬਹੁਤ ਪਿਆਰ ਕਰਦਾ ਯਾਰ। ਝੂਠਾ। ਸੱਚਾ ਉੱਧਰ ਦੇਖ। ਉਹ ਯਾਰ ਤੂੰ ਇੱਥੇ ਕੀ ਕਰੀ ਜਾਂਦੀ ਹੈ? ਨਹੀਂ 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 ਕੁਛ ਨਹੀਂ। ਹਾਂ ਹਾਂ ਆ ਜਾ, ਭੁੱਖ ਲੱਗੀ ਹੈ, ਕੰਟੀਨ ਚੱਲੀਏ। ਹਾਈ ਕੈਂਡੀ, ਕਿੱਦਾਂ? ਹੈਲੋ। ਉਹ ਯਾਰ ਗੱਲ ਤਾਂ ਸੁਣ ਮੇਰੀ। ਹਾਂ ਯਾਰ ਬੋਲ, ਕੀ ਕਹਿਣੀ ਹੈ? ਉਹ ਮੈਂ ਗੱਲ ਕਰਨੀ ਸੀ ਤੇਰੇ ਨਾਲ। ਹਾਂ ਦੱਸ। ਮੈਂ ਮਿਲਣ ਜਾਣਾ ਸੀਗਾ। ਤੂੰ ਕਿਹਨੂੰ ਮਿਲਣ ਜਾਣਾ? ਰਾਂਝੇ ਨੂੰ। ਉਹ ਯਾਰ ਮਿਲਣ ਨੂੰ ਤੇਰੀਆਂ ਬਾਹਾਂ ਆਕੜੀਆਂ ਨੇਗੀਆਂ, ਨਾਲੇ ਮੈਂ ਤਾਂ ਕਦੇ ਉਹਨੂੰ ਮਿਲਣ ਗਈ ਨਹੀਂ ਹੈਗੀ। ਤੇਰੇ ਨਾਲੋਂ ਜ਼ਿਆਦਾ ਤਾਂ ਮੇਰਾ ਕਰਦਾ ਉਹ। ਯਾਰ ਬਣਦੀ ਹੋਊ, ਪਿਆਰ ਤਾਂ ਮੈਨੂੰ ਕਰਦਾ ਉਹ। ਯਾਰ ਕਰੈਕਸ਼ਨ ਤਾਂ ਮੇਰੀ ਤਰਫ ਹੀ ਹੈ ਨਾ। ਤੂੰ ਇੰਗਲਿਸ਼ ਬੋਲਣੀ ਸਿੱਖ ਲਾ। ਕਰੈਕਸ਼ਨ ਨਹੀਂ ਅਟਰੈਕਸ਼ਨ ਹੁੰਦਾ, ਨਾਲੇ ਪਿਆਰ ਉਹ ਮੈਨੂੰ ਹੀ ਕਰਦਾ। ਯਾਰ ਹੌਲੀ ਬੋਲੋ, ਜੇ ਉਹਨੂੰ ਪਤਾ ਲੱਗ ਗਿਆ ਮੈਂ ਜ਼ਿੰਮੇਵਾਰ ਨਹੀਂ ਆ, ਮੇਰੇ ਹੱਥ ਖੜੇ ਆ। ਯਾਰ ਤੁਸੀਂ ਜੋ ਮਰਜ਼ੀ ਕਰੀ ਜਾਓ, ਮੈਂ ਤਾਂ ਮਿਲਣ ਜਾਊਂਗੀ। ਮਿਲਣ ਤਾਂ ਮੈਂ ਤੈਨੂੰ ਦਿੰਦੀ ਨਹੀਂ। ਕੀ ਹੋਇਆ? ਹਾਏ ਦੀਦੀ ਕੁਛ ਨਹੀਂ। ਰੌਲਾ ਕਾਹਦਾ ਪਾਇਆ ਸੀ? ਕੁਛ ਨਹੀਂ ਦੀਦੀ, ਕੁਛ ਨਹੀਂ ਹੋਇਆ। ਕਿੱਥੇ ਗਈਆਂ ਇਹ? ਪਤਾ ਨਹੀਂ ਮੈਨੂੰ ਤਾਂ। ਕੁਛ ਨਹੀਂ ਦੱਸ ਕੇ ਗਈਆਂ? ਨਾ। ਕੀ ਕਰੀ ਜਾਂਦਾ ਹੈ? ਜਾ ਜਲਦੀ ਚਲਿਆ ਜਾ ਇੱਥੋਂ ਪਲੀਜ਼। ਮੈਂ ਆਜੂ, ਤੂੰ ਜਾ। ਤਾਰਾ ਅੰਦਰ, ਉਹਨੂੰ ਪਤਾ ਲੱਗ ਜੂਗਾ। ਹਾਂ ਪਲੀਜ਼ ਆਜੂ। ਕੋਈ ਨਾ, ਤੂੰ ਉਹਦੀਆਂ ਗੱਲਾਂ ਕਿਉਂ ਨਹੀਂ ਧਿਆਨ ਨਾ ਦਿਆ ਕਰ, ਆਪਣਾ ਕੰਮ ਕਰਿਆ ਕਰ। ਮੈਂ ਨਹੀਂ ਰਹਿਣਾ ਜੇ ਲਾਈ ਯਾਰੀ, ਮੁੱਲ ਮੋੜਨਾ ਪੈਣਾ। ਤੂੰ ਅੱਗੇ ਵਧਿਆ, ਮੈਨੂੰ ਫਰਕ ਨਹੀਂ ਪੈਣਾ। ਓਏ ਤੈਨੂੰ ਇੱਕ ਗੱਲ ਦਾ ਪਤਾ? ਹਾਂ। ਉਹ ਜਿਹੜਾ ਮੁੰਡਾ ਮੇਰੇ ਕਨੀ ਦੇਖਦਾ ਨਹੀਂ ਹੁੰਦਾ, ਉਹ ਤਾਂ ਬਾਜੂ ਸੈਕਸ਼ਨ ਆ ਯਾਰ। ਬਾਜੂ ਸੈਕਸ਼ਨ? ਉਹ ਕੀ ਹੁੰਦਾ? ਓਏ ਤੈਨੂੰ ਬਾਜੂ ਸੈਕਸ਼ਨ ਦਾ ਨਹੀਂ ਪਤਾ?
ਕੀ ਕਹੀ ਜਾਂਦੀ ਇਹ? ਉਹ ਯਾਰ ਉਹੀ ਜਿਹੜਾ ਮੁੰਡੇ ਨਾਲ ਵੀ ਤੇ ਕੁੜੀ ਨਾਲ ਵੀ ਬਾਇਸੈਕਸ਼ੂਅਲ ਹੁੰਦਾ। ਓ ਹਾਂ ਉਹੀ ਉਹੀ ਉਹੀ। ਤੂੰ ਵੀ ਬਸ ਨਾ। ਓ ਲੈ ਬਈ ਆ ਵਿਸ਼ਨੂੰ ਦੀ ਚਾਹ ਨਾ, ਬਾਹਲੀ ਜ਼ਿਆਦਾ ਘੈਂਟ। ਮੈਂ ਕਹਿੰਦਾ ਸੁਰਲੀ ਬਾਈ ਕਟੱਪੇ ਲੌਂਗ ਅਵਧੀ ਗੱਲ ਕਰਦਾ, ਲੈਚੀ ਅੱਡ ਗੱਲ ਕਰਦੀ ਹੈ। ਮੈਂ ਕਹਿੰਦਾ ਜਮਾਂ ਸਿਰਾ। ਕੀ ਗੱਲ ਹੋ ਗਈ ਬਾਈ, ਐਂ ਬੈਠੇ ਹੋ ਜਿਵੇਂ ਕੁੜੀ ਦਾ ਪਕਿਆ ਹੋਵੋ। ਓਏ ਰਾਂਝਿਆ, ਲੱਗਦਾ ਤੂੰ ਕਤਲਗੜ੍ਹ ਦੇ ਅਸੂਲ ਭੁੱਲ ਗਿਆ। ਆ ਤੈਨੂੰ ਦੁਬਾਰਾ ਯਾਦ ਕਰਾ ਦਿਆਂ। ਪਹਿਲਾ ਅਸੂਲ, ਦੁਸ਼ਮਣ ਨਾਲ ਯਾਰੀ ਸਾਡੇ ਨਾਲ ਦੁਸ਼ਮਣੀ, ਮਤਲਬ ਦੁਸ਼ਮਣ ਦਾ ਯਾਰ ਸਾਡਾ ਦੁਸ਼ਮਣ। ਤੇ ਦਗੇਬਾਜ਼ ਯਾਰ ਦੀ ਸਜ਼ਾ ਮੌਤ ਤੋਂ ਵੀ ਭੈੜੀ ਹੈ। ਓ ਬਈ ਮੇਰੀ ਗੱਲ ਤਾਂ ਸੁਣ ਲਓ। ਦੂਜਾ ਅਸੂਲ, ਨਾਰ ਦੇ ਯਾਰ ਤੇ ਕੋਈ ਐਤਵਾਰ ਨਹੀਂ। ਤੀਸਰਾ ਅਸੂਲ, ਲੜਨਾ ਤੇ ਲੜ ਕੇ ਮਰਨਾ ਕਿਸਮਤ ਵਾਲਿਆਂ ਦੇ ਨਸੀਬ ਹੁੰਦਾ ਹੈ, ਕੈਰਾਂ ਲਈ ਇੱਥੇ ਕੋਈ ਥਾਂ ਨਹੀਂ। ਓ ਯਾਰ ਤੁਸੀਂ ਤਾਂ ਮੇਰੇ ਡੰਡਾ ਦੇ ਕੇ ਰੱਖਦੇ ਹੋ। ਓ ਯਾਰ ਤੁਸੀਂ, ਓ ਯਾਰ ਇੰਨੀ ਦੁਨੀਆ ਪਈ ਹੈ, ਓ ਯਾਰ ਉੱਧਰ ਵੀ ਧਿਆਨ ਮਾਰ ਲਓ, ਮੇਰੇ ਤੇ ਕੀ ਫੁੱਲ ਲੱਗੇ ਨੇ। ਓ ਯਾਰ ਨਾਲੇ ਓਏ ਮੇਰਾ ਨੌਂ ਰੰਚ ਹੈ, ਓ ਮੇਰੀ ਕੋਈ ਹੀਰ ਨਹੀਂ। ਪਹਿਲਾਂ ਤਾਂ ਮੈਨੂੰ ਸ਼ੱਕ ਹੀ ਸੀ ਤੇਰੇ ਤੇ, ਹੁਣ ਤਾਂ ਯਕੀਨ ਹੋ ਗਿਆ ਕਿ ਤੂੰ ਵਾਕਈ ਬੰਦੇ ਦਾ ਪੁੱਤ ਨਹੀਂ ਹੋ ਸਕਦਾ। ਆ ਟਿੱਡੀਆਂ ਕਤੂਰੇ ਨਾ ਤੇਰੇ ਰਿਸ਼ਤੇਦਾਰ ਨੇ। ਜੇ ਤੂੰ ਕੁੜੀ ਨਾ ਹੁੰਦੀ, 6 ਦੀਆਂ 6 ਮੈਂ ਤੇਰੇ ਦਿਮਾਗ 'ਚ ਠੋਕ ਦਿੰਦਾ। ਕੁੜੀ ਕਰਕੇ ਨਾ ਛੱਡੀ, ਤਲਵਾਰਾਂ ਤੇ ਰੱਖ ਰੋਟੀਆਂ ਖਾਣ ਵਾਲੇ ਕੰਡਿਆਂ ਤੋਂ ਨਹੀਂ ਡਰਦੇ। ਬਹਿ ਜਾ, ਤੂੰ ਇੰਨੇ ਜੋਗੀ ਹੈ ਨੀ, ਤਾਂ ਜਿੰਨੀ ਹਵਾ ਕਰਦੀ ਆ ਆ ਤੇਰੇ ਜਿਹੀਆਂ ਲਫਾਫੀਆਂ ਤੈਨੂੰ ਮੈਂ ਬਣਾਉਣਾ ਪਤਾ। ਬਲਾਲ ਬਾਈ, ਤੇਰੀ ਇੱਕ ਗੱਲ ਬਹੁਤ ਗਲਤ ਹੈ ਬਾਈ। ਕੀ ਬਾਈ, ਜਦੋਂ ਲੜਾਈ ਜੀ ਦਾ ਸਵਾਦ ਜਾਣ ਲੱਗਦਾ ਨਾ, ਤੂੰ ਦੋ ਲੱਤਾਂ ਜੀਆਂ ਮਾਰ ਕੇ ਸਾਰੀ ਗੇਮ ਖਤਮ ਕਰਦਾ ਨਾ ਯਾਰ। ਉਹ ਫਿਰ ਮੈਂ ਕਿਹੜਾ ਤੁਹਾਡੇ ਹੱਥ ਫੜਦਾ, ਲਾ ਲਿਆ ਕਰੋ ਆਪਣੇ ਚਾਓ। ਉਹ ਬਾਈ ਮਰੇ ਹੋਏ ਨੂੰ ਮਾਰਨ ਦਾ ਸਵਾਦ ਜਾ ਨਹੀਂ ਆਉਂਦਾ, ਨਾਲੇ ਵਾਰ ਕਰਨ ਦਾ ਸਵਾਦ ਉਦੋਂ ਆਉਂਦਾ ਜਦੋਂ ਸਾਹਮਣੇ ਦੁਸ਼ਮਣ ਮਾਰਨ ਨੂੰ ਭੱਜੇ। ਚੱਲ ਇਹ ਕਿਹੜਾ ਆਪਣੇ ਲਈ ਕੁੰਭ ਦਾ ਮੇਲਾ ਬਾਈ, ਦੂਜੇ ਮੌਕੇ ਨੂੰ ਟਾਈਮ ਲੱਗੂ, ਅਗਲਾ ਮੌਕਾ ਛੇਤੀ ਮਿਲੂ, ਕਰ ਲਿਓ ਸ਼ੌਂਕ ਪੂਰੇ। ਉਹ ਬਾਈ ਸ਼ੌਂਕ ਪੂਰੇ ਕਰਨ ਲਈ ਆਪਣੇ ਕੋਲ ਇੱਕ ਕੰਮ ਪਹਿਲਾਂ ਜ਼ਰੂਰੀ ਹੈ। ਓਏ ਓਏ, ਉਹ ਕਿਹੜਾ? ਇੱਥੋਂ ਬਾਹਰ ਨਿਕਲਣਾ। ਓਏ ਆਪਣੇ ਘਰੇ ਤਾਂ ਪਤਾ ਲੱਗ ਗਿਆ ਹੋਣਾ ਨਾ। ਲੈ ਬਾਈ, ਨੈੱਟ ਦਾ ਯੁੱਗ ਹੈ, ਮਿੰਟ 'ਚ ਫਲਾਣਾ ਵੀਡੀਓ ਅਪਲੋਡ ਕਰਕੇ ਸਾਰੇ ਕਿਤੇ ਖਬਰ ਪਹੁੰਚਾ ਦਿੰਦਾ। ਹਜੇ ਕਹਿੰਦਾ ਬਾਈ ਪਤਾ ਨਹੀਂ ਲੱਗਿਆ। ਲੈ ਵੀਰੇ, ਐਤਕੀ ਵੀ ਫਿਰ ਸ਼ਰਤ ਲਾ ਹੀ ਲਓ ਤੁਸੀਂ। ਸ਼ਰਤ? ਉਹ ਕਿਹੜੀ ਸ਼ਰਤ? ਪਿਛਲੀ ਵਾਰ ਇਹ ਹੈ ਨਹੀਂ ਸੀ ਲੱਗਦਾ ਆਪਣੇ ਨਾਲ। ਹਾਂ ਬਾਈ, ਮੇਰਾ ਤਾਂ ਪਹਿਲੇ ਹੀ ਗੇੜਾ ਏ। ਉਹ ਕੋਈ ਨਾ, ਲੱਗਦੇ ਹੀ ਰਹਿਣਗੇ। ਲੈ ਸੁਣ ਫਿਰ, ਪਿਛਲੀ ਵਾਰ ਸ਼ੰਕਰ ਦਾ ਵੀ ਤੇਰੇ ਵਾਂਗੂ ਪਹਿਲਾ ਗੇੜਾ ਸੀ। ਟਿੱਕੇ ਨਾ ਬੈਠੇ, ਘੜੀ ਮੁੜੀ ਸਲਾਖਾਂ ਦੇ ਚੜ ਚੜ ਬਾਹਰ ਨੂੰ ਦੇਖੀ ਜਾਵੇ। ਕਹਿੰਦਾ ਮੇਰੇ ਮੰਮੀ ਡੈਡੀ ਮੈਨੂੰ ਬਹੁਤ ਪਿਆਰ ਕਰਦੇ ਨੇ। ਜਾਨੀ ਕਿ ਲਵ ਯੂ। ਕਹਿੰਦਾ ਹੁਣੇ ਆਉਣਗੇ ਤੇ ਮੈਨੂੰ ਛੁਡਾ ਕੇ ਲੈ ਜਾਣਗੇ। ਫੇਰ ਬਾਈ? ਫੇਰ ਕੀ? ਮੈਂ ਕਿਹਾ ਲਾ ਲਓ ਸ਼ਰਤ, ਦੇਖਦੇ ਹਾਂ ਕਿਹੜਾ ਸਾਨੂੰ ਛੁਡਾਉਂਦਾ ਹੈ ਤੇ ਕਿਹਦੇ ਮੰਮੀ ਡੈਡੀ ਕਿਹਨੂੰ ਵੱਧ ਪਿਆਰ ਕਰਦੇ ਨੇ। ਠੀਕ ਆ ਬਾਈ, ਫੇਰ? ਅੱਛਾ ਲਾਰੂ ਜਾ ਹੁੱਬ ਕੇ ਕਹਿੰਦਾ ਲੱਗੀ ਹਜ਼ਾਰ ਹਜ਼ਾਰ ਦੀ ਸ਼ਰਤ। ਅੱਛਾ ਫੇਰ ਜਿੱਤ ਗਿਆ ਸ਼ਰਤ ਬਾਈ? ਜਿੱਤ ਗਿਆ, ਵੱਡਾ ਹਾਇਆ ਜਿੱਤ ਗਿਆ।
ओए मम्मी डैडी तो सब तो पिछों आए उत्तों सारयां दे पिछे लुकी जाण होरां दे सामने। ओ फिर हौसला जा करके बई कहा भी भाई तुसी जमानत वाले कागजां ते साइन तां कर दो। फिर उन्होंने काम दे हत्थां नाल साइन जे करे फिर जाके किते छुट्या। ठीक है फिर पुलिस दा खौफ भी कोई शै आ क्यों हवलदार साहब? जय हिंद जनाब। हैगा तुहानू पुलिस दा खौफ मस्करियां कर दिया पार टांगा पार टांगा बिचे कलब कलिया। ले भाई आज दी रात ना पूरी कट लो। रूप सिंह दे बंदियां नूं हत्थ पाया ओहदा प्रेशर पै जांदा ओह कारवाई तां करनी पऊ। सर आपां नूं कारवाई करन च की फायदा जी? आपां दा राजीनामा कराउण च फायदा तां ही कुछ मिलू। ओए भलिया लोका इन्हां ने तां आपदे मां बाप नूं भी दुखी कर रख्या। बेचारे पता नहीं कित्थों कित्थों इन्हां दियां जमानतां करा के लियांदे ने। जनाब मौसम बड़ा हसीन है अज्ज, ओ देखो किन्नियां सोहणियां कुड़ियां तुरियां आउंदियां ने। ओए चुप कर। सर असीं बलाल होणा दी जमानत लई आए आ। तुहाडे उहनां दे नाल की संबंध ने? सर ओह साडे क्लासमेट ने, उहनां दी लड़ाई साडे करके ही होई सी, हुण साडा वी फर्ज़ आ सी उहनां दे नाल खड़ीए। पर मैं तुहाडे इस कहण ते उहनां नूं रिहा नहीं कर सकदा, तुहानूं इहनां दी कोर्ट चों जमानत कराउणी पवेगी। हाँ जी सर, जमानत मैं नाल लैके आई हाँ। ठीक है तुसी जाओ। काका उन्हां नूं लिया। हो गई इन्हां दी जमानत, बाहर कढ़ो उन्हां नूं। चलो मुंडे बाहर, हो गई जमानत तुहाडी। ओए नीचे ती ते इस बार सच्ची तन शंकर दे घर दे आ गए जमानत लेके। SHO साहब साड़ी जमानत की नहीं करवाई है? वो तुसी की लेना है? तुहाडे किसे मित्र प्यारे ने ही जमानत कराई होगी के कोई दुश्मन कराऊ? मेरी गल सुनो बंदियां वांगू, आपदा पढ़ाई करनी ध्यान रख्या करो, सुन गया? चलो। साड़ा समान SHO साहब। अच्छा काका, वो मुंशी तो लिया के दे। आ मेरा मोबाइल मैनू दे दियो जी। गल सुनो, आज संगल जा पा के की शंशा बनया रहना तू? SHO साहब इहदी भी इक कहानी है, थोनू समा आउण ते दसांगा। फिलहाल इन्ना समझ लो कि इह मैनू याद कराउंदा रहिंदा कि मैं जन्म किस चीज़ लई लिया। ਪਿੱਛੇ ਹੋ ਕੇ ਖੜ, ਸੀਨੇ ਚ ਅੱਗ ਬਹੁਤ ਆ, ਸੜ ਕੇ ਸਵਾਹ ਨਾ ਹੋ ਜੀ। ਜੇ ਤੂੰ ਅੱਗਾਂ ਅਸੀਂ ਵੀ ਪਾਣੀ ਆ, ਬੜੇ ਮੱਥੇ ਭੰਬ ਠੰਡੇ ਕੀਤੇ ਨੇ ਅਸੀਂ।
अच्छा लाला जिन्ना जोर लाना इस बार नहीं तू जितदा। हारना तो आप कदे सीखे ही नहीं नाले जड़ियां तो चीनी अमीनी जे चक्की फिरदी ना नाल फूस ने नेरा फूस फूस आ तो फूस ही ठीक आ देखदे आ तेरे लंडू जे केड़ा बंब चलाउंदे आ लंडू अपनी औकात ते आ गए ना फूक के रख देणगे। कोई गल नहीं बाई देखी चल हुण आओ इलेक्शन लड़न दा असली मजा दवा देनु मजे गैरा दे परां ते उड्डण वाले बोती देर नहीं टिकदे लग रहा टिड्डियां नूं भी जुकाम हो गया तेरा तां ना ही कैंडिया कम तेरा जमा लफाफे वाला ही आ जे भला चाहुंदे हो ना तां पिछे हो के खड़ो शेर ते बलाल कदे पिछे नहीं हटदे ਪੜ ਲਾ ਨੂੰ ਟੋਪੀ ਜੀ ਵਾਲੇ ਨੂੰ ਲਾ ਇਹਦੇ ਪੜੋ ਪੋਸਟਰ ਨੂੰ ਦੇਖਦੇ ਕੀ ਹੋ ਮੇਰੇ ਇਹਦੇ ਲਾ ਦੋ ਚਾਰ ਹੋਰ ਚੱਜ ਨਾਲ ਮਾਰ ਲੈ ਛੋਟੂ ਤੂੰ ਵੀ ਉਹੀ ਬਸ ਲਾਈਆਂ ਨਹੀਂ ਗਈਆਂ ਚੱਜ ਨਾਲ ਉਹਨਾਂ ਦੇ ਲੜਾਉਣਾ ਮੈਂ ਇਹਨਾਂ ਨੂੰ ਇਲੈਕਸ਼ਨ ਬਾਈ ਇਹਨਾਂ ਨੇ ਤਾਂ ਮਾਹੌਲ ਗਰਮ ਕਰਤਾ ਜੇ ਆਪਾਂ ਇਹ ਮੌਕਾ ਨਾ ਸਾਂਭਿਆ ਨਾ ਤਾਂ ਗੇਮ ਹੱਥੋਂ ਲੰਘ ਜੂ ਓਏ ਕਰ ਲੈਣ ਦੇ ਇਹਨਾਂ ਨੂੰ ਮਾਹੌਲ ਗਰਮ ਇਹਨਾਂ ਕੀੜਿਆਂ ਨੂੰ ਤਾਂ ਇੱਕ ਦੱਬ ਪਈ ਕਾਫੀ ਆ ਆਪਣਾ ਨਾਲੇ ਜਿਹੜੀ ਖੇਡ ਆਪਾਂ ਖੇਡਾਂਗੇ ਉਹ ਇਹਨਾਂ ਦੇ ਦਿਮਾਗ 'ਚ ਕਦੇ ਨਹੀਂ ਆ ਸਕਦੀ ਪੜਾਉਂਦੇ ਆ ਨਾ ਮੇਰੇ ਪ੍ਰੈਜ਼ੀਡੈਂਟ ਚਲੋ 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 ਮਾਹੌਲ ਖਰਾਬ ਹੋ ਰਿਹਾ ਆ ਜਿਹੜੀ ਕਤੀੜ ਜੀ ਪਹਿਲਾਂ ਸ਼ਸ਼ਰੀ ਕਾਲ ਬੁਲਾ ਕੇ ਲੰਘਦੀ ਸੀ ਹੁਣ ਹਵਾ ਹੀ ਖਰਾਬ ਹੋ ਰਹੀ ਹੈ ਕੀ ਚੱਲ ਰਿਹਾ ਉਸਤਾਦ ਉਹ ਕੁਛ ਨਹੀਂ ਚੱਲ ਰਿਹਾ ਆ ਕਤੀੜ ਦਾ ਕੰਡਾ ਕੱਢਣਾ ਹੀ ਪਊ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਰੂਪ ਸਿੰਘ ਦੇ ਬੰਦੇ ਹਾਂ ਖੁੰਜੇ ਲਾ ਦਾਂਗੇ ਜਿੱਦਾਂ ਡਿੱਕੇ ਚੜ ਗਏ ਤੂੰ ਕਹੇ ਤਾਂ ਮੂੰਹ ਤੇ ਤੇਜ਼ਾਬ ਪਾ ਦਈਏ ਉਹ ਬਹਿ ਜਾ ਕੋਈ ਨੀ ਜਵਾਕ ਨੇ ਮੇਰੇ ਕਤੀੜ ਲੱਗਦਾ ਇਹਨਾਂ ਦਾ ਕੰਡਾ ਕੱਢਣਾ ਪਊ ਕੱਢਣਾ ਪਊ ਬਹਿ ਜਾ ਤੁਸੀਂ ਬੈਠੋ ਆ ਫੜਾਓ ਮੈਨੂੰ ਮੈਂ ਦਿੰਦਾ ਜਾ ਕੇ ਦਾ ਚੁੱਪ ਕਰਕੇ ਬੈਠਾ ਦੇਖ ਉਹ ਸਾਮੀ ਲੜਾਈ ਜਾਏਗਾ ਕੋਈ ਸਕੀਮ ਸਕੂਮ ਵੀ ਲਾ ਲੈ ਉਹ ਸਕੀਮ ਤਾਂ ਲਾਣੀ ਪੈਣੀ ਹੈ ਦੂਜੇ ਬੰਦੇ ਨਹੀਂ ਟੋਟ ਕੇ ਦੇ ਜਿਹੜੇ ਮੇਰੇ ਦੇ ਅੱਖ ਨਹੀਂ ਚੱਕਦੇ ਹੀ ਉਹ ਵੀ ਐਕਟਰ ਬਣੇ ਫਿਰਦੇ ਆ ਕੋਈ ਗੱਲ ਨਹੀਂ ਟਾਈਮ ਆਉਣ ਤੇ ਇਹਨਾਂ ਦਾ ਵੀ ਕੁਛ ਨਾ ਕੁਛ ਹੱਲ ਹੋ ਜਾਊਗਾ ਉਹ ਬਣਾਵਾਂਗੇ ਐਕਟਰ ਇਹਨਾਂ ਨੂੰ ਸਾਰਿਆਂ ਨੂੰ ਕੌੜੀ ਬਹੁਤ ਆ ਯਾਰ ਓਏ ਛੋਟੂ ਹਿਸਾਬ ਨਾਲ ਪੀ ਤੈਨੂੰ ਚੜ ਜਾਂਦੀ ਹੈ ਉਸਤਾਦਾ ਮੈਨੂੰ ਨਹੀਂ ਚੜਦੀ ਟੱਲੇ ਤਾਂ ਹੋਇਆ ਬੈਠਾ ਤੂੰ ਹਿਸਾਬ ਨਾਲ ਪੀ ਇਹਦੇ ਕੋਈ ਡਿਗਰੇ ਡੁਗਰੇ ਨਹੀਂ ਹੁੰਦੇ ਉਹ ਪਹਿਲੇ ਤੋੜਦੀ ਦਾ ਨਜ਼ਾਰਾ ਹੀ ਕੁਛ ਹੋਰ ਆ ਮਿੱਤਰੋ ਇਹ ਕੀ ਗੱਲ ਹੋਈ ਇਹ ਤਾਂ ਚਲਾਕੀ ਹੋਈ ਨਾ ਚਲਾਕੀ ਕਾਹਦੀ ਕਮਲੀਏ ਇਹ ਤਾਂ ਪਿਆਰ ਹੋਇਆ ਇਸ ਹਨੇਰੇ ਵਾਂਗ ਗੂੜਾ ਜਿਹੜਾ ਤੇਰੇ ਆਉਣ ਦੀ ਆਵਾਜ਼ ਵੀ ਸੁਣ ਲੈਂਦਾ ਹਲਕ ਚੀਰ ਦੀ ਜਾ ਰਹੀ ਆ ਹਿਸਾਬ ਨਾਲ ਪਿਆ ਜੇ ਓਏ ਤੂੰ ਕਿੱਧਰ ਚੱਲਿਆ ਬਈ ਇੱਕ ਨੰਬਰ ਬਸ ਬਸ ਊਂ ਤਾਂ ਮਿਲਣ ਆਉਂਦੇ ਨੀ ਤੇ ਗੱਲਾਂ ਐਡੀਆਂ ਵੱਡੀਆਂ ਟਾਈਮ ਤਾਂ ਤੇਰੇ ਕੋਲ ਨਹੀਂ ਹੁੰਦਾ ਮੈਂ ਨਹੀਂ ਤੂੰ ਕਿੱਥੇ ਬਿਜੀ ਸੀ ਇੰਨਾ ਟਾਈਮ ਤੁਹਾਨੂੰ ਪਤਾ ਨਾ ਮੈਨੂੰ ਕਾਲਜ 'ਚ ਜਾਣਾ ਪੈਂਦਾ ਹੈ ਇਲੈਕਸ਼ਨ ਚੱਲ ਰਹੇ ਨੇ ਮੈਨੂੰ ਤਾਰਾਂ ਨਾਲ ਰਹਿਣਾ ਪੈਂਦਾ ਹੈ ਕੋਈ ਹੋਰ ਬਹਾਨਾ ਉਹ ਯਾਰ ਗੁੱਸੇ ਨਾ ਹੋ ਦੇਖ ਪਰ ਮੈਨੂੰ ਪਹਿਲਾਂ ਵਾਂਗੂ ਮਨਾਓ ਜਿਵੇਂ ਪਹਿਲਾਂ ਮਨਾਉਂਦੇ ਹੁੰਦੇ ਸੀ ਅੱਛਾ ਟਾਈਮ ਤੇਰੇ ਕੋਲ ਹੈ ਨਹੀਂ ਅੱਜ ਵੀ ਬੜੀ ਮੁਸ਼ਕਿਲ ਨਾਲ ਆਈ ਹੈ ਜੇ ਅੱਜ ਆਈ ਹੈ ਤਾਂ ਪਿਆਰ ਨਾਲ ਇੱਕ ਜੱਫੀ ਤਾਂ ਪਾ ਲੈ ਯਾਰ ਚੱਲ ਜਾ ਯਾ ਕਿਤੇ ਉੱਥੇ ਹੀ ਨਾ ਬਹਿ ਜੀ
ਬਈ ਉੱਥੇ ਉਹ ਰੰਗ ਰਲੀ ਮਨਾ ਰਿਹਾ ਸਾਲਾ ਕੌਣ ਆ ਉਹ ਰਾਂਝਾ ਚਲੋ ਰਾਂਝਾ ਕਿਹੜਾ ਕਿੱਧਰ ਆ ਓਏ ਓ ਛੇਤੀ ਮਰ ਲੋ ਆ ਜਾ ਬਈ ਆ ਜਾ ਓਏ ਆ ਫੜੋ ਮੈਂ ਓਏ ਫੜੋ ਇਹ ਛੱਡੋ ਮੈਨੂੰ ਓ ਜਾਂਦੇ ਕਰ ਤੋਨੂੰ ਛੱਡ ਦੋ ਆ ਇੱਧਰ ਓ ਛੱਡ ਤੈਨੂੰ ਛੱਡ ਦੇ ਹੁਣ ਬਣਾਵਾਂਗੇ ਉਹਨੂੰ ਛੱਡ ਦੇ ਜੰਟੇ ਓਏ ਛੱਡ ਦਿਆਂਗੇ ਕਿਉਂ ਘਬਰਾਉਂਦਾ ਰਾਂਝੇ ਅਸੀਂ ਤੇਰੀ ਲਵ ਸਟੋਰੀ ਬਣਾਉਣੀ ਹੈ ਪੁੱਤ ਸੋਚ ਨਾ ਕਰ ਬੜੀ ਸੋਹਣੀ ਲਵ ਸਟੋਰੀ ਬਣਾਉਂਗਾ ਮੇਰੇ ਸ਼ੇਰ ਦੀ ਸੁਣਾ ਛੱਡ ਦੋ ਕੁੱਤਿਓ ਉਹਨੂੰ ਛੱਡ ਦੇ ਤੁਹਾਡਾ ਕੱਖ ਨਹੀਂ ਰਹਿਣਾ ਉਹਨੂੰ ਛੱਡ ਦੇ ਓਏ ਛੱਡ ਦੋ ਮੈਨੂੰ ਉਹਨੂੰ ਛੱਡ ਦੇ ਛੱਡ ਦਿਓ ਤੁਸੀਂ ਪਛਤਾਓਗੇ ਜੰਟੇ ਤੇਰੀ ਰਾਂਝੇ ਛੱਡ ਦੋ ਮੇਰੇ ਰਾਂਝੇ ਨੂੰ ਹੁਣ ਲੱਗਿਆ ਉਹਨੂੰ ਹੱਥ ਨਾ ਲਾਓ ਸੁਣੋ ਕੇ ਬਣਾਵਾਂਗੇ ਇੱਕ ਤਾਂ ਮਾਰ ਦੇ ਨਾ ਤਾਂ ਉਹਨੂੰ ਛੱਡ ਕੇ ਮੇਰੇ ਨਾਲ ਪੱਗਾ ਲੈ ਕੇ ਦੇਖੋ ਮੇਰਾ ਹੱਥ ਤਾਂ ਖੋਲੋ ਇੱਕ ਵਾਰੀ ਕੋਈ ਬਚਾਓ ਮੈਨੂੰ ਮੇਰੀ ਵਾਰੀ ਆ ਗਈ ਉਹ ਛੱਡ ਯਾਰ ਬਾਰੀ ਤਾਂ ਮੇਰੀ ਉਹ ਮੇਰੀ ਵਾਰੀ ਆ ਮੇਰੀ ਚੱਲ ਯਾਰ ਬਾਰੀ ਤੂੰ ਚੱਲ ਪਾ ਪਾਣੀ ਨਹੀਂ ਯਾਰ ਪੀਣ ਨੂੰ ਲੈ ਝੋਟਿਆ ਤੂੰ ਪੀ ਲੈ ਪਾਣੀ ਉਹ ਰਾਂਝਾ ਕਿੱਥੇ ਯਾਰ ਉਹ ਗਾਇਬ ਹੀ ਰਹਿੰਦਾ ਨਾ ਮੈਂ ਠੇਕਾ ਚੱਕਿਆ ਰਾਂਝੇ ਵਾਲਾ ਮੈਨੂੰ ਕੀ ਪਤਾ ਕਿੱਥੇ ਆ ਉਹਨੂੰ ਘਰੋਂ ਫੋਨ ਆਇਆ ਬਾਈ ਬਾਰੀ ਗੱਲ ਕਰਦਾ ਹੋਊਗਾ ਟਾਈਮ ਬਹੁਤ ਹੋ ਗਿਆ ਨਾਲੇ ਮੈਨੂੰ ਉਹਦੇ ਲੱਛਣ ਠੀਕ ਨਹੀਂ ਲੱਗਦੇ ਅੱਜ ਕੱਲ੍ਹ ਜਾਓ ਦੇਖੋ ਕਿੱਥੇ ਆ ਉਹ ਚੱਲ ਆ ਓਏ ਓਏ ਆ ਕੀ ਹੋਇਆ ਤੈਨੂੰ ਕਿਹਨੇ ਕੀਤਾ ਤੇਰੇ ਨਾਲੇ ਸਭ ਬਾਈ ਚੰਟੇ ਹੋਰਾਂ ਨੇ ਉਹਨਾਂ ਦੀ ਇੰਨੀ ਜ਼ਰਤ ਤੈਨੂੰ ਕੁੱਟ ਕੇ ਉਹਨਾਂ ਨੇ ਆਪਣੀ ਮੌਤ ਆਪ ਲਈ ਹੈ
ਦੱਸਿਆ ਸੀ ਨਾ ਵੀ ਦੁਸ਼ਮਣ ਦਾ ਦੋਸਤ ਸਾਡਾ ਦੁਸ਼ਮਣ ਤੇ ਤੂੰ ਫਿਰ ਉਹੀ ਕੀਤਾ ਬਾਈ ਉਹ ਕੁੱਟਣ ਤੱਕ ਸੀਮਤ ਰਹਿੰਦੇ ਤਾਂ ਕੋਈ ਗੱਲ ਨਹੀਂ ਪਰ ਉਹਨਾਂ ਨੇ ਸਿੰਮੀ ਦੇ ਕੱਪੜੇ ਲਾ ਕੇ ਉਸ ਦੀ ਵੀਡੀਓ ਬਣਾਈ ਬਾਈ ਤੈਨੂੰ ਕਿੰਨੀ ਵਾਰੀ ਰੋਕਿਆ ਪਰ ਤੂੰ ਕਿਸੇ ਨੂੰ ਮੰਨੇ ਤਾਂ ਬਾਈ ਮੇਰੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਮੈਂ ਤੁਹਾਨੂੰ ਨਹੀਂ ਦੱਸਿਆ ਪਰ ਉਹ ਕੁੜੀ ਨਾਲ ਤਾਂ ਗਲਤ ਹੋਇਆ ਬਾਈ ਕੋਈ ਨਾ ਛੁੱਟਿਆ ਇਹ ਕਰਕੇ ਉਹਨਾਂ ਨੇ ਆਪਣੀ ਮੌਤ ਆਪ ਬੁਲਾਈ ਹੈ ਹੁਣ ਲੜਾਈ ਪਾਰ ਪਾਰ ਲੋਕਾਂ ਦੇ ਚਿਹਰਿਆਂ ਦੀ ਖੁਸ਼ੀ ਪੰਛੀਆਂ ਦੀ ਚਹਿਚਹਾਟ ਪਰ ਮੇਰੇ ਮਨ ਨੂੰ ਬੇਚੈਨੀ ਕਿਉਂ ਆ ਚੱਲ ਅੱਜ ਮੇਰੇ ਜਿਗਰੀ ਯਾਰ ਗੁਰਨਾਮ ਨੇ ਮਿਲਣ ਆਉਣਾ ਸ਼ਾਇਦ ਉਹਦੇ ਨਾਲ ਦੋ ਗੱਲਾਂ ਕਰਕੇ ਮਨ ਠੀਕ ਹੋ ਜੇ ਹੋਰ ਬਾਪੂ ਤਕੜਾ ਤੂੰ ਵੀ ਚਲੋ ਠੀਕ ਆ ਚਾਚਾ ਜੀ ਚੱਲਦਾ ਬੱਲੇ ਬੱਲੇ ਸਰਬਜੀਤ ਸਿਆਂ ਸਤਿ ਸ਼੍ਰੀ ਅਕਾਲ ਪੁੱਤ ਛੇਤੀ ਗੇੜਾ ਮਾਰਿਆ ਕਰ ਫੌਜੀਆ ਐਂ ਨਾ ਹੋਵੇ
ਕਿਤੇ ਮੇਰੇ ਅਕਾਲ ਚਲਾਣ ਦੀ ਖਬਰ ਤੇ ਪਹੁੰਚੇ। ਤੈਨੂੰ ਮੇਰੇ ਹੁੰਦੇ ਕੁਛ ਨਹੀਂ ਹੋ ਸਕਦਾ, ਨਾਲੇ ਦੁਸ਼ਮਣਾਂ ਦੀਆਂ ਭਾਜੀਆਂ ਵੀ ਤਾਂ ਮੋੜਨੀਆਂ ਹਜੇ। ਐਂ ਤਾਂ ਤੇਰੀ ਦਲੇਰੀ ਤੇ ਪੂਰਾ ਮਾਣ ਆ ਦੋਸਤਾ। ਜਾ ਪੁੱਤ ਪਾਣੀ ਲੈ ਕੇ ਆ ਜਾ। ਪਰ ਜੀ ਕਰਦਾ ਕਿ ਤੇਰੇ ਦੁਸ਼ਮਣਾਂ ਨਵੇੜਾ ਮੈਂ ਹੀ ਕਰਦਾ। ਇਹੋ ਜਿਹੀ ਜ਼ਿੰਦਗੀ ਦਾ ਕੀ ਕਰਨਾ ਜਿਹੜੀ ਯਾਰ ਲਈ ਜਾਨ ਨਾ ਦੇ ਸਕੇ। ਗੁਰਨਾਮ ਸਿੰਘ ਜਦ ਵੀ ਮਿਲਦਾ ਮਰਨ ਮਰਾਉਣ ਦੀ ਗੱਲ ਕਰਦਾ। ਚੱਲ ਤੂੰ ਬੈਠ, ਮੈਂ ਰਾਮ ਪਿਆਰੀ ਲਿਆਉਣਾ। ਓ ਬੱਲੇ, ਆ ਚੱਕ। ਓ ਬੱਲੇ ਓਏ, ਲੈ ਪਾ। ਸਾਰੀ ਰਾਤ ਹੀ ਆਪਣੀ ਹੈ, ਕੀ ਗੱਲ ਪੈਗ ਸਾਂਝਾ ਨਹੀਂ ਕਰੇਗਾ ਯਾਰ ਨਾਲ? ਫੌਜੀਆ ਕੀ ਕਹਿੰਦਾ ਸੀ, ਡਰਦਾ ਨੀ ਕਿਸੇ ਤੋਂ? ਅੱਠ 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 ਜਿੰਦਰੀ, ਉਹ ਤੂੰ, ਉਹ ਪੁੱਤ ਤੈਨੂੰ ਕੀ ਹੋ ਗਿਆ? ਹਾਂ ਠੀਕ ਹੈ ਮੇਰਾ ਪੁੱਤ, ਹਾਂ ਬੋਲ ਬੋਲ ਬੋਲ। ਬਾਪੂ, ਤੇਰਾ ਬਾਪੂ? Thank you.
बस सबर रख मसड़ा लाशा नूं कित्थे लैके जा रहे हो ए प्राणा जी साडा हुण मरे बंदे दा संस्कार भी नहीं असीं कर सकदे मैनूं तुहाडे नाल पूरी हमदर्दी आ पर असीं ड्यूटी ते कानून दे बच्चे आ इह कतल होया दा संस्कार करन तों पहलां पोस्टमार्टम होणा बहुत जरूरी आ ना पोस्टमार्टम तां थोड़े कानून च लिखिआ पर कतल होए बंदे ते कातलां नूं फड़ना नहीं लिखिआ भाई जी घबराओ ना तफ्तीश शुरू हो चुकी है कातल जल्दी फड़े जाएंगे सारी दुनिया नु पता है सिपाही पुलिस दे के कातल किने कीता है लगदे तफ्तीश दे चलो किथे जाना चलो चलो साडे नाल आओ सरकारी हस्पताल लेके चलो इनु चलो आओ पंद्रह मिनट हो गए कोई दरवाजा नहीं खोल रहा दरवाजा खोल भाई जी करतार सोहना थोड़े खिलाफ रिपोर्ट कराई है उस दी इन्नी जरत नहीं नहीं भाई जी उन्हां कोले कोई गवाह है जिन्हें सारा कुछ अपनी अखां नाल देखिया अब कहंदे आ हुण तू गवाह ना डराएगा थानेदारा ना 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 भाई जी मैं कौन हुंदा थानू डराउण वाला तुसीं तो आप डरो डर नूं भला कौन डरा सकदा चल छड असल मर्ज दस की है नहीं नहीं भाई जी थोड़ा दिता सारा कुछ है बस मेरी छोटी जी बेनती है मैंने दो बंदे लेके जाने पैने इस बार केस मेरे को नहीं एस एच ओ बराड़ को ते ओ थोड़े वर्गे बंद की परवाह नहीं मानता अब मेरा मतलब साऊ वाला जी उनका हुक्म है ਦਾ ਹੁਕਮ ਇਸ ਪਿੰਡ ਦੀ ਚੂਹ ਤੋਂ ਬਾਹਰ ਚੱਲਦਾ ਹੋ ਇੱਥੇ ਰੂਪ ਸਿੰਘ ਦਾ ਹੁਕਮ ਚੱਲਦਾ ਰੂਪ ਸਿੰਘ ਦਾ ਮੈਨੂੰ ਸਰਕਾਰੀ ਹੁਕਮ ਵਜਾਉਣਾ ਪੈਣਾ ਬਈ ਹੁਣਾਂ ਨੂੰ ਭੇਜਦੇ ਮੇਰੇ ਨਾਲ ਦੋ ਬੰਦੇ ਤਾਂ ਮੈਨੂੰ ਲੈ ਕੇ ਜਾਣੇ ਪੈਣਗੇ ਨਾ ਨਹੀਂ ਤਾਂ ਬਈ ਮੇਰੀ ਨੌਕਰੀ ਖਤਰੇ 'ਚ ਹੈ ਬਈ ਭੇਜਦੇ ਮੇਰੇ ਵੀ ਵੀਰਾਂ ਵਰਗੇ ਨੇ
थानेदारा बाहां ले चलिया मेरिया इन्हां ते एक भी खरोच आई ना तां जिन्ने तेरे परिवार दे अंग पैर चलदे आ ना उन्हां चो एक भी नहीं बचना। ठीक है भाई आ जाओ भाई। कोई नहीं भाई चलो ए सरकार बनाम जग्गा सिंह बग्गा सिंह। दूसरा मुलजिम कित्थे है? जनाब बग्गा सिंह दी मैं मेडिकल ग्राउंड से एग्जम्पशन मूव कीती है जी। जग्गा सिंह अते गुरबचन सिंह अज तुहाडे केस दा फैसला है, पर फिर भी जे तुसी कुछ कहना चाहते हो या तुसी कोई सबूत पेश करना चाहते हो तो अदालत थानू आखिरी मौका दिंदी। जज साहब मैं तो आही कहना चाहना जी आ बापू जी नू ना गलत फहमी हुई है, आ सरबजीत का कतल असी नहीं किया जी। जनाब ये झूठ बोल रहा है, मेरे पुत का कतल इन्हां राक्षसां ने किया है। जज साहब अज तक अदालत दे विच ऐसा कोई सबूत नहीं आया जो दर्शांदा होवे कि कतल मेरे मुवक्किल जग्गा सिंह ते बग्गा सिंह ने किया है। ये ठीक है जनाब कि असी इस केस विच कोई मौके का गवाह पेश नहीं कर सके, पर परिवारां च चलदी पुरानी दुश्मनी अते मौके दे हालातां मुताबक यह सिद्ध हुंदा है कि सरबजीत सिंह का कतल इन्हां मुलजमां ने ही किया। पर वकील साहब अदालत शक दे आधार दे उत्ते तां फैसला नहीं कर सकती। जनाब आ बापू जी नूं पता नहीं किन्ने साडे खिलाफ भड़काता, आ पूरा पिंड जाणदा है जी सरबजीत नाल तां साडा प्यार ही बहुत सी, सानू भी दुख है जी सरबजीत दी मौत दा। बिल्कुल जनाब बिल्कुल, मेरे मुवक्किल बहुत ही उच्चे रसूख वाले व्यक्ति ने, पिंड दे विच इन्हां दी बहुत ही उच्ची पदवी है, पर मैनू इह लगदा है कि इन्हां दा उच्चा रसूख होण करके इन्हां नू किसे झूठे मुकदमे च फसाया जा रहा है। जनाब मेरी हथ बन के बेनती है जी इन्हां कातलां नू घट्टो घट्ट फांसी सजा दित्ती जावे तां कि मेरे मरहूम पुत दी रूह नू सुकून मिल सके। पर बाबा जी कोर्ट अपना फैसला जज्बातां ते नहीं सुणांदी हुंदी, है कोई ऐसा सबूत जो ये दर्शांदा होवे कि कतल जग्गे ते बग्गे ने कीता? हाँ हाँ गुरबचन सिंह, जो इल्जाम तुसी इन्हां ते लगाए हन उन्हां नूं सिद्ध करन लई तुहाडे कोल कोई है ठोस सबूत? जनाब सारे पिंड नूं पता है मेरे पुत दे कातले जालम ने, पर इन्हां दी गुंडागर्दी तों डरदा कोई मुंह नहीं खोलदा। जज साहब ये सारिया गल्लां इस अदालत दा ध्यान भड़काउण वास्ते कीतियां जा रहियां ने। अदालत दा समां बर्बाद ना कीता जावे, जे मदई पार्टी कोल कोई ठोस सबूत हन तां पेश कीते जान, नहीं अदालत अपना फैसला सुनाएगी। एक मिनट जज साहब एक मिनट। आ जिउंदा जागदा सबूत है जी मेरे कोल, जिहड़ा इन्हां जालमां दीआं करतूतां तों पर्दा चकण वास्ते कल्ले ही काफी। ए कौन है? ए सरबजीत सिंह दा पुत्र है जी, इस मसूम ने अपने प्यो दा कतल हुंदे होया अपने अखी देखिया। पुत्र ए तां लड़की है? नहीं जनाब है तां इह लड़का ही, पर इन्हां दरिंदे दी नज़र तों बचाउण वास्ते मैनूं इह समांग रचना पिया। पर इन्हां महत्वपूर्ण गवाह तुसीं पहलां पेश क्यों नहीं कीता? जनाब ये बहुत ही बेकिरक ते दुष्ट बंदे ने, मैं नहीं चाहता सी कि मैं अपनी भैन के घर के आखिरी चिराग नू खतरे के विच पावां। जज साहब हुण जदों मैनू लग्या कि दोषी अदालत के विचों बरी हो सकते ने तां ही मैनू कदम चकना पिया, तां ही बच्चा अदालत च पेश करना पिया जी। जज साहब अज तक कोई ऐसा प्रोसीजर नहीं है जो बिना कोर्ट के नोटिस तो गवाह नू पेश कर सके, मेरी रिक्वेस्ट है कि ये कोर्ट का समा बर्बाद कर रहे हैं, ऐसे गवाह नूं बिल्कुल परमिशन ना दी जाए कोई एविडेंस वास्ते हो कटहरे जा सके।
जनाब सैक्शन 311 CRPC मुताबक कोर्ट कदे भी कोई गवाह जो कि फैसले लिए महत्वपूर्ण हुए एग्जामिन कर सकती है। मेरी अदालत अगे यही दरखास्त है कि यह बहुत ही महत्वपूर्ण गवाह है, मौके का गवाह है, इसकी गवाही कराई जाए। ऑब्जेक्शन ओवररूल्ड, यू मे प्रोसीड। थैंक यू योर ऑनर। बेटा अदालत देख के दसो कि तुहाडे पिता का कतल अदालत विच हाजिर व्यक्तियों विचों किने कीता सी। दसो बेटा, जज साहब बैठे ने, किसी तो डरन की लोड़ नहीं। दसो बेटा दसो, किसने तुहाडे प्यो दा कतल कीता? जज साहब दसो बेटा, सामने ही सच्चाई आ चुकी है कि ना ही इन्हां ने शनाख्त की है मेरे मुवक्कल की, ना ही इसके खिलाफ हुण तक कुछ आया है। मेरी रिक्वेस्ट है कि कोर्ट का समा बर्बाद ना करते हुए इस केस नूं अज ही डिस्चार्ज किया जाए ते मेरे बेकसूर मुवक्कल नूं अज ही बरी किया जाए। जनाब मेरी अदालत अगे दरखास्त है कि गवाह बच्चा है अते बहुत ही डरिया होया है, सानू थोड़ा समा दिता जाए तां जो एक केस दे सही फैसले तक पहुंचा जा सके, इस बच्चे दी गवाही कराई जा सके। मेरी रिक्वेस्ट है कि कोर्ट का समा फिर बर्बाद किया जा रहा है। कोर्ट च इस गवाह ने कोई भी ऐसा सबूत या ऐसा कोई बयान नहीं दिता जिस तो यह साबित हुंदा होवे कि मुवक्कल जग्गा सिंह ते बग्गा सिंह किसी तरह भी कसूरवार ने, और मेरी रिक्वेस्ट है कि इन्हां नूं बरी किया जाए। ऑब्जेक्शन सस्टेन। अदालत का पहला ही बहुत समा बर्बाद हो चुका है। हुण तक दे मुकदमे दे तत्थां नूं देखदे होए अते ठोस सबूतां दी घाट दे कारण अदालत इस फैसले ते पहुंचदी है कि मुलजम जग्गा सिंह अते बग्गा सिंह निर्दोष हन अते अदालत इन्हां नूं बाइज्जत बरी करन दा हुक्म सुनाउंदी है। अच्छा मालका, भाई एक बारी खा के ता देखी, इन्हां दे ब्रेड बहुत वधिया। ओए रांझिया, आ इधर उधर दियां गल्लां मार के मेरा दिमाग ता खराब ना कर, असल मुद्दे ते आ, तू मैनू इत्थे लैके क्यों आया? भाई दाइयां तो कदे टुट लुके ने, नाले तैनू मोल जियां गल्लां ना अपनी सहेलियां कोल करया कर, मैनू तां सीधा सीधा दस तू चाहना की आ। भाई मैं ये चाहना कि अपने सारे मसले सुलझ जाण, नाले मेरे कोल उहदा इक वड्डा प्लैन है। ओए तू कदों तो प्लैनिंगां करन लग गया, चल भौंक। भाई पहला मैनू थोड़े तो एक भरोसा चाहिए कि तुसी मेरे ते भड़कोगे नहीं ते चुप चपीते मेरी गल पूरे ध्यान नाल सुनोगे। मेरे सबर दा इम्तिहान ना लै, जो दसना सुनाउणा छेती कर। भाई मैं थोनू इत्थे तां लैके आया क्योंकि इत्थे मैं किसे नाल थोनू मिलाउणा है। आओ आगे भाई। तू मैनू इत्थे इन्हां नाल मिलाउण लग गई आ। भाई ना छड़, नहीं भाई ना भाई, की गल भाई आपा लड़न थोड़ी आया, पता ना मेरी इन्हां नाल कदी नहीं सहमति हो सकदी। सारा एक बार मैं तेरी हर गल मन्नी है, तू भी मेरी गल मान ले प्लीज प्लीज। ओए तू इहनू मिलाउण लग गया मैनू, जे तेरे दिमाग च ये गल है ना कोशिश तां कर मैं इहदे नाल हथ मिला लूं। प्लीज भुल जा, जिंदगी च यह गल होजू। मेरी एक वारी गल तां लाल आपदे मसले आप नजिठदा, ओनू किसे सहारे दी लोड़ नहीं। बैठ तां सही भाई, मेरी गल सुन, बह जा भाई बन के। देख भाई जे तू मेरी गल नहीं मननी तां ना मन, पर भुल गया तू जदों मैं तेरे नाल हर थां ते खड़दा हुंदा सी। तैनूं नहीं मदद करनी तां ना कर यार, बलाल अपने मसले आप नबेड़दा, ओनू किसे सहारे दी लोड़ नहीं। अच्छा नहीं सहमति करनी तू, लै फिर मेरे गोली मार दे। मेरे भी गोली मार दो, तैनूं बेड़ दो सारा काम, वैसे भी मेरी तां जिंदगी खत्म हो गई, फिर लड़दे रहो आपस। मैं इस एक गल करके इन्हां नाल सहमति कर सकती हां क्योंकि बदला तां मैनूं भी उन्हां तों चाहीदा। मन जा भाई मन जा। जिंदगी च कदी मैं तेरे नाल बैठ के गल करूंगा सोचा नहीं सी, पर लगता किस्मत नूं कुछ होर ही मंजूर है। जिहड़ा रूप सिंह तो इन्नी वड्डी गलती करवाती कि इक्को टाइम दो दो दुश्मन अपने लिए पैदा कर ली ते सानू दो दुश्मनों नूं कट्ठे करता। देख भावें मैं तेरा धुरों विरोधी रहा पर हुण इस मिशन ते आपां नूं मिल के चलना पैना है ते एक दूजे का ख्याल भी रखना पैना है।
ਜੋ ਪਲੈਨ ਤੂੰ ਸੋਚੀ ਬੈਠੀ ਆ ਉਹ ਸੁਣਨ ਨੂੰ ਤਾਂ ਵਧੀਆ ਪਰ ਖਤਰਨਾਕ ਬਹੁਤ ਹੈ। ਤੂੰ ਚਾਹੁੰਦੀ ਆ ਕਿ ਤੂੰ ਰੂਪ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੇ ਅੰਦਰੋਂ ਵਾਰ ਕਰੇ ਅਤੇ ਮੈਂ ਬਾਹਰੋਂ ਉਸ 'ਤੇ ਹਮਲਾ ਕਰਾਂ। ਤੇਰਾ ਉਸ ਦੇ ਕਿਲੇ 'ਚ ਦਾਖਲ ਹੋਣ ਦਾ ਮਤਲਬ ਮੌਤ ਨੂੰ ਆਵਾਜ਼ ਦੇਣਾ ਹੈ, ਕਿਉਂਕਿ ਤੂੰ ਕਿਸੇ ਘਰ 'ਚ ਨਹੀਂ ਬਲਕਿ ਇੱਕ ਖੁੰਖਾਰ ਜੰਗਲ 'ਚ ਜਾਣ ਦਾ ਪਲੈਨ ਬਣਾ ਰਹੀ ਹਾਂ, ਜਿੱਥੇ ਸਾਰੇ ਹੀ ਖਤਰਨਾਕ ਅਤੇ ਜਾਨਲੇਵਾ ਜਾਨਵਰ ਸ਼ੇਰ ਬਘਿਆੜ ਸੱਪ ਰਿੱਛ ਕੁੱਤੇ ਦੀਆਂ ਰੂਹਾਂ ਵਾਲੇ ਇਨਸਾਨ ਤੇਰੇ ਆਲੇ ਦੁਆਲੇ ਹੋਣਗੇ। ਸੋ ਆਪਣਾ ਧਿਆਨ ਰੱਖੀ। ਉਹਨਾਂ ਦੀ ਢਾਲ ਵਾਉਣ ਲਈ ਸਾਨੂੰ ਬੜੀ ਸੋਚ ਅਤੇ ਸਮਝਦਾਰੀ ਨਾਲ ਕੰਮ ਲੈਣਾ ਪੈਣਾ। ਇਸ ਲਈ ਤੂੰ ਅੰਦਰਲੀ ਗੇਮ ਸੰਭਾਲ ਅਤੇ ਬਾਹਰਲੀ ਅਸੀਂ ਸੰਭਾਲਦੇ। ਸਤਿ ਸ਼੍ਰੀ ਅਕਾਲ ਬਾਈ ਜੀ। ਕਿੱਥੋਂ ਮੂੰਹ ਮੱਥਾ ਜਿਹਾ ਬਣਵਾ ਕੇ ਆਏ ਆ, 20 ਵਾਰ ਕਿਹਾ ਘੱਟ ਝੁਲਸ ਲਿਆ ਕਰੋ। ਬਾਈ ਦਾਰੂ ਨਹੀਂ ਪੀਤੀ, ਕਾਲਜ ਵਿੱਚ ਝਗੜਾ ਹੋ ਗਿਆ। ਸਾਡੇ ਬੰਦੇ ਹੋ ਕੇ ਇੱਕ ਨਸ਼ਾ ਖਾਣੀ ਮੰਡੀਰ ਕੋਲੋਂ ਕੁੱਟ ਖਾ ਕੇ ਇੱਥੇ ਆਉਣ ਲੱਗਿਆ, ਤੁਹਾਨੂੰ ਸ਼ਰਮ ਨਾ ਆਈ? ਬਾਈ ਉਹ ਯਾਰ ਤੂੰ ਵੇਖਦਾ ਕੀ ਹੈ, ਮਾਰ ਗੋਲੀ ਦੇ। ਬਾਈ ਤੂੰ ਸਾਨੂੰ ਇਜਾਜ਼ਤ ਦੇ, ਅਸੀਂ ਖਿਲਾਰੇ ਪਾ ਦਾਂਗੇ ਜਾ ਕੇ, ਇੱਕ ਨਹੀਂ ਚੱਲੀ ਨੇ। ਬਾਈ ਸਾਲੀ ਨਸ਼ਾ ਖਾਣੇ ਮੰਡੇਰ ਹੋਣੀ ਹੈ, ਇੱਕ ਨਹੀਂ ਚੱਲਣਾ। ਉਹ ਨਹੀਂ ਜਗਿਆ, ਨਿੱਕੇ ਮੋਟੇ ਮਸਲੇ ਨੂੰ ਇਹਨਾਂ ਦਿਲ 'ਤੇ ਨਹੀਂ ਲਾਈਦਾ ਹੁੰਦਾ, ਉਹ ਕੁਛ ਮਸਲੇ ਸਿਆਸਤ ਨਾਲ ਹੱਲ ਹੁੰਦੇ ਨੇ। ਦੱਸੋ ਏ ਕੌਣ ਹੈ ਮੰਡੀਰ ਉਹ? ਨਾਲੇ ਜਿਹਨੂੰ ਤੁਸੀਂ ਨਸ਼ਾ ਖਾਣੀ ਮੰਡੀਰ ਆਖਦੇ ਹੋ ਉਹਨਾਂ 'ਚੋਂ ਨਹੀਂ ਹੈਗਾ ਬਾਈ, ਉਹ ਤਾਂ ਅੱਗ ਦੀ ਨਾਲ ਹੈ ਬਾਈ, ਅੱਗ ਦੀ ਨਾਲ। ਕੋਈ ਉਸ ਅੱਗ ਦਾ ਤੋੜ ਵੀ ਹੋਊ? ਹਾਂ ਬਾਈ ਹੈਗਾ ਇੱਕ ਤੋੜ, ਇੱਕ ਕੁੜੀ ਹੈ, ਬਾਹਲੀ ਖਤਰਨਾਕ ਹੈ ਬਾਈ, ਉਹ ਉਹਦੀ ਦੁਸ਼ਮਣ ਹੈ ਬਾਈ। ਦੁਸ਼ਮਣ ਦਾ ਦੁਸ਼ਮਣ, ਆਪਣਾ ਮਿੱਤਰ ਲੱਗਿਆ ਬੁਲਾ, ਉਸ ਕੁੜੀ ਨੂੰ ਕੌਣ ਹੈ? ਗੱਲ ਸੁਣੋ ਏ, ਕੋਈ ਵੀ ਸਿਆਸਤ ਖੇਡੋ
कल नूं ओह कुड़ी इत्थे होनी चाहीदी है, समझ गए ना? चलो ना हुण तां आपां ओह कुड़ी तों करोना की है? आ थोड़ी सियासत मेरी समझ नहीं आई। उस सारी उम्र ही बंदे आप मरी जाओगे, कदे कुड़ी तो बंदा मरदा देखे? मन गए भाई तेनू। ना सेवा पेशी च कोई कमी रह गई सी जड़ा फिर अपनी लंडियां पुच्छियां नू चक लिया आ? ओ नहीं नहीं, तू गलत समझ रही है। समझण समझाउण दी गल छड़, मुक दी गल ते आ। ओ आया ता मैं तेरे कोले काम ही आ, पर ओ काम तां बनू जे तू हामी भरेंगी तां। चोरां नू साधा ताई की काम? चोर भाई चोर कहंदी आ, की लोड़ा है जे अगे चकण दी? ओए चुप कर। खैर अगर ता काम करन वाला होया फिर ता मैं कर दूं, नहीं तो डंडी लगो। ओए काम ता तेरे करना ही है। इस इलाके दा खौफ रूप सिंह तेनू मिलना चाहुंदा है। इस एरिए दा खौफ रूप सिंह नू इस जट्टी ना की काम पै गया? ओए तेरी बहादुरी दे चर्चे सुना सुना के लोकां ने साडे कन्ना दे पर्दे पाड़न वाले करते। जेडे लोग साडी जुत्ती तो उपर नहीं वेखदे सी, अज ओह साडे सिर च गलियां करन लग पे। इसे करके तेनू मिलना चाहुंदा है। खौफ नू कादा डर? खैर फिर जे अगर तुसी चाहुंदे आ तां मिल लैने आ तुहाडे रूप सिंह नू। तू तो इस घर नूं ऐ देख रही है कुड़िए जिवें 20 सालां बाद माड़े सोहरियां दी कैद कट के आई कुड़ी अपने पेके घर नूं देखदी है। सही कहा जगिया, लगदी भी आए हैं जिवें सोहरियां तो रुस के आई हुंदी है। मैं तेरे तो कुछ मंगण नहीं, तेनू कुछ देन आई हाँ। ते जिस इंसान तो कुछ लेना हुंदा उसकी जगह पैरां च नहीं हुंदी। बस शेर दी बच्चीए, मैं तो बस यही देखना सी जो लोग तेरी बहादुरी दे चर्चे करते ने
तू उन्हें जो की है भी कि नहीं तो फिर की पता लग गया बस वही आ जड़ा तेरिया रंगा च खून दौड़दा ना वह साढ़े खून नाल मेल खांदा है वही गुस्सा वही हौसला ते वही अखां च पड़दी अख जिस चीज लई मैनू याद कीता उस बारे गल करिए वो भी कर दें वो लिया मुंडियो कुर्सी लियाओ मैडम लई नाले चाह पानी का प्रबंध करो बुलाउण दा मकसद बुलाउण दा मकसद कोई खास नहीं वैसे भी ये कम तू साडे कहे बिना भी करनी है मैं समझी नहीं बिलाल जिन्ना तेरी अखां च रखदा ना उन्ना साडे अखां च भी रखदा पहले मैं सोचा जवाक है पर हुण उन्हें साडे बंदे नूं हथ पा के मेरे गुलामे नूं हथ पाउण दी कोशिश कीती है एक तां जी करदा जाके कंडी मरोड़ दे फिर मरोड़दा नहीं रूप सिंह किते कमजोर तां नहीं हो गया ओ दुश्मन नूं मारन दी खातर शरीरां दी नहीं जज्बे की जरूरत होंदी है ते ओह जज्बा रूप सिंह च अज भी कायम है तैनू पता है इलैक्शन करके मेरे हत्थ बन्ने हैं नाले आ मीडिया निकी निकी गल नूं वड्डी बना के दसदा है जद तैनू पता बिलाल मेरे रास्ते दा कंडा ते टाइम आउण ते मैं आप ही कढ लूं फिर तैनू की लोड़ आ विच पैण दी ओह रूप सिंह बहादुर बंदियां दी कदर करदा है मैं नहीं चाहुंदा तू बिलाल नूं मारे ते अपनी जवानी सिखां विच खराब करे ਉਹ ਤੂੰ ਸ਼ੇਰਨੀ ਆ ਸ਼ੇਰਨੀ ਤੈਂ ਆਉਣ ਵਾਲੇ ਸਮੇਂ 'ਚ ਆਪਣੇ ਇਲਾਕੇ 'ਤੇ ਰਾਜ ਕਰਨਾ ਰਾਜ ਅਤੇ ਫਿਰ ਕੀ ਹੱਲ ਸੋਚਿਆ ਮੈਂ ਸੋਚਿਆ ਆਪਾਂ ਦੋਨਾਂ ਨੂੰ ਹੱਥ ਮਿਲਾਉਣਾ ਚਾਹੀਦਾ ਤੂੰ ਆਪਣੇ ਜਜ਼ਬੇ 'ਤੇ ਹਿੰਮਤ ਨਾਲ ਕੰਮ ਕਰ ਅਤੇ ਮੈਂ ਕਾਨੂੰਨ ਅਤੇ ਸਿਆਸਤ ਨੂੰ ਆਪਣੇ ਕਬਜ਼ੇ 'ਚ ਕਰਦਾ ਅਤੇ ਆਪਾਂ ਦੋਵੇਂ ਹੱਥ ਮਿਲਾ ਕੇ ਰਾਜ ਕਰਦੇ ਹਾਂ कुछ मिठा भी खिलाओगे जां सुक्की चाह पिलाओगे जगिया परम सत्कारयोग प्यारे प्यारे सज्जनों बड़े छोटे बच्चों प्यार भरी सत श्री अकाल मैं बड़ा धन्यवादी हाँ कि तुसी अपना रजेविया भरा समा कट के इस प्रोग्राम विच शामिल हो जिवें तुहानू पता ही है कि इस इलाके की शान रूप सिंह जी इत्थे पहुँच चुके हैं वैसे दसन की कोई लोड़ नहीं क्योंकि रूप सिंह किसी जान पहचान के मुहताज नहीं क्योंकि जिथे रूप सिंह जी होन उत्थे किसी मंत्रियों शंत्रियों की कोई जरूरत नहीं रहिंदी सो ज्यादा समा ना लेंदे हुए मैं चाहांगा कि सरदार रूप सिंह स्टेज ते आउण ते तुहाडे नाल अपने वडमुल्ले विचार सांझे करन।